ਸਤ ਸ੍ਰੀ ਅਕਾਲ ਨਮਸਕਾਰ ਵੈਲਕਮ ਟੂ ਆਲਸ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਮੈਂ ਅਰਮਾਨ ਪੰਜਾਬ ਵੱਡਾ 247 ਤੇ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਤੇ ਚਲੋ ਅੱਜ ਦੀ ਕਲਾਸ ਨੂੰ ਸ਼ੁਰੂ ਕਰਦੇ ਆਂ ਅੱਜ ਆਪਾਂ ਕਪੂਰਥਲਾ ਨੂੰ ਕਰਾਂਗੇ ਕਿ ਕਪੂਰਥਲਾ ਤੇ ਨੂੰ ਲੈ ਕੇ ਕਿਹੜੀਆਂ ਚੀਜ਼ਾਂ ਇੰਪੋਰਟੈਂਟ ਹੈ ਕਿਹੜੇ ਐਗਜ਼ਾਮ ਦੇ ਵਿੱਚ ਕੁਸ਼ਣ ਬਣ ਸਕਦੇ ਆ ਔਰ ਕਿਹੋ ਜੀ ਕਪੂਰਥਲਾ ਦੀ ਡੈਮੋਗ੍ਰਾਫਿਕ ਕਿਹੋ ਜੀ ਹੈ ਜੀਓਗ੍ਰਾਫੀਕਲ ਲੋਕੇਸ਼ਨ ਕਿਹੋ ਜੀ ਹੈ ਕਿਹੜੀਆਂ ਚੀਜ਼ਾਂ ਕਪੂਰਥਲਾ ਦੀਆਂ ਜਿਹੜੀਆਂ ਬਹੁਤ ਜ਼ਿਆਦਾ ਫੇਮਸ ਨੇ ਔਰ ਕਪੂਰਥਲਾ ਦੀ ਹਿਸਟਰੀ ਦਾ ਕੀ ヒस्ट्री ਕੈਵੇਂ ਦੀ ਸੀਗੀ ਔਰ ਕਿਹੜੇ ਥੇ ਮਹਾਰਾਜੇ ਸੀਗੇ ਔਰ ਇਥੋਂ ਦੀ ਜਿਹੜੀ ਆ ਹੋਰ ਕਿਹੜੇ ਕਿਹੜੇ ਇੰਪੋਰਟੈਂਟ ਚੀਜ਼ਾਂ ਚਲੋ ਟਰਨ ਬਾ ਟਰਨ ਆਪਾਂ ਮੂਵ ਔਨ ਕਰਦੇ ਆ ਤਾਂ ਇੱਕ ਵਾਰੀ ਆ ਸੈਸ਼ਨ ਨੂੰ ਜਲਦੀ ਲਾਈਕ ਤੇ ਸ਼ੇਅਰ ਕਰ ਦਿਓ ਅਗਰ ਹਲੇ ਤੱਕ ਸ਼ੇਅਰ ਨਹੀਂ ਕੀਤਾ ਹੋਇਆ ਲਾਈਕ ਨਹੀਂ ਕੀਤਾ ਹੋਇਆ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਸਾਰਿਆਂ ਨੂੰ ਪਹਿਲਾਂ ਆਪਾਂ ਗੱਲ ਕਰਦੇ ਆ ਕਪੂਰਥਲਾ ਇਸ ਸਮੇ ਜਿਹੜੇ ਮੌਜੂਦਾ ਡਿਪਟੀ ਕਮਿਸ਼ਨਰ ਨੇ ਮਿਸਿਸ ਦੀਪਤੀ ਉਪਪਲ ਆਈਐਸ ਆਫੀਸਰ 2011 ਬੈਚ ओके तो 2011 میچ ਇਹ ਹੈ ਇਹ ਹੀ ਆਈਐਸ ਅਫੀਸਰ ਇਸ ਸਮੇਂ ਮੌਜੂਦਾ ਡੀਸੀ ਨੇ ਕਪੂਰਥਲਾ ਦੇ ਜਸਪ੍ਰੀਤ ਕੋਟ ਢਿੱਲੋਂ ਸਤਸਕਲ ਜੀ ਸਤਸਕਲ ਜੀ ਬਿਲਕੁਲ ਜੀ ਹੁਣ ਆਪਾਂ ਅਗਾਹ ਚੱਲਦੇ ਹਾਂ ਪੰਜਾਬ ਦੇ ਮੈਪ ਦੀ ਗੱਲ ਕਰਦੇ ਆ ਮੈਪ ਦੇ ਵਿੱਚ ਕਪੂਰਥਲਾ ਜਿਹੜਾ ਦੋ ਹਿੱਸਿਆਂ ਦੇ ਵਿੱਚ ਆ ਸਾਰਿਆਂ ਨਾਲੋਂ ਯੂਨੀਕ ਗੱਲ ਹੈ ਹੀ ਇਹ ਹੀ ਹੈ ਕਿ ਕਪੂਰਥਲੇ ਦਾ ਜਿਹੜਾ ਫਗਵਾੜਾ ਹੈ ਨਾ ਉਹਨੂੰ ਜਲੰਧਰ ਜਿਹੜਾ ਕੱਟ ਕਰਦਾ ਯਾਨੀ ਜਿਹੜਾ ਕਪੂਰਥਲਾ ਪੂਰਾ ਡਿਸਟ੍ਰਿਕਟ ਆ ਇਹਦੇ ਵਿੱਚ ਫਗਵਾੜਾ ਜਿਹੜਾ ਫਗਵਾੜਾ ਜਿਹੜਾ ਉਹ ਆਪਣੇ ਜਿਹੜੇ ਕਪੂਰਥਲੇ ਤੋਂ ਲੱਗ ਆ ਤਾਂ ਆਪਾਂ ਗੱਲ ਕਰੀਏ ਆ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਜਿਹੜਾ ਦੋ ਕਪੂਰਥਲੇ ਦੇ ਵਿੱਚ ਆਂਦਾ ਯਾਨੀ ਕਪੂਰਥਲੇ ਨੂੰ ਆ ਦੇ ਵਿੱਚ ਜਿਹੜੀ ਜਲੰਧਰ ਜਿਹੜਾ ਇਹੋ ਜਿਹਾ ਡਿਸਟ੍ਰਿਕਟ ਹੈ ਜਿਹੜਾ ਕਪੂਰਥਲੇ ਨੂੰ ਦੋ ਹਿੱਸਿਆਂ ਦੇ ਵਿੱਚ ਜਿਹੜਾ ਡਿਵਾਈਡ ਕਰਦਾ ਹੈ ਕਲੀਅਰ ਤਾਂ ਕਦੇ ਵੀ ਇਹ ਕੁਸ਼ਣ ਆ ਜੇ ਕਿ ਇਕਲੋਤਾ ਇਹੋ ਜਿਹਾ ਡਿਸਟ੍ਰਿਕਟ ਜਿਹੜਾ ਕਿ ਦੋ ਹਿੱਸਿਆਂ ਦੇ ਵਿੱਚ ਆ ਉਹ ਹੈਗਾ ਕਪੂਰਥਲਾ ਸਿੰਧਰਗੌਰ ਜੀ ਸਤਿ ਸ੍ਰੀ ਅਕਾਲ ਜੀ ਉਹ ਕਿਹੜਾ ਕਪੂਰਥਲਾ ਤਾਂ ਆ ਜਿਵੇਂ ਕਿ ਤੁਸੀਂ ਨਕਸ਼ਾ ਦੇਖ ਰਹੇ ਹੋ ਮੈਂ ਇੱਕ ਵਾਰੀ ਫੇਰ ਰਿਪੀਟ ਕਰ ਦਿੰਦਾ ਤਾਂ ਹੁਣ ਆਪਾਂ ਇਹ ਵੀ ਦੇਖਾਂਗੇ ਕਿ ਕਪੂਰਥਲੇ ਦੇ ਨਾਲ ਕਿਹੜੇ-ਕਿਹੜੇ ਡਿਸਟ੍ਰਿਕਟ ਲੱਗਦੇ ਨੇ ਆ ਨਕਸ਼ਾ ਆਪਾਂ ਦੇਖ ਰਹੇ ਹਾਂ ਠੀਕ ਹੈ ਆ ਕਪੂਰਥਲਾ ਇੱਕ ਹਿੱਸਾ ਠੀਕ ਹੈ ਆ ਕਪੂਰਥਲਾ ਦੂਸਰਾ ਹਿੱਸਾ ਦੋ ਹਿੱਸੇ ਨੇ ਕਪੂਰਥਲੇ ਦੇ ਔਰ ਕਿਹੜੇ ਕਿਹੜੇ ਡਿਸਟ੍ਰਿਕਟ ਜਿਹੜੇ ਲੱਗਦੇ ਨੇ ਆ ਕਪੂਰਥਲੇ ਦਾ ਆ ਵਾਲਾ ਜਿਹੜਾ ਹਿੱਸਾ ਹੈ ਇਹਦੇ ਵਿੱਚ ਕਿਹੜੇ ਡਿਸਟ੍ਰਿਕਟ ਲੱਗਦੇ ਨੇ ਹੁਸ਼ਿਆਰਪੁਰ ਗੁਰਦਾਸਪੁਰ ਠੀਕ ਹੈ ਅੰਮ੍ਰਿਤਸਰ ਤਰਨਤਾਰਨ ਠੀਕ ਹੈ ਇਧਰੋਂ ਦੀ ਫਿਰੋਜ਼ਪੁਰ ਠੀਕ ਹੈ ਇਧਰੋਂ ਦੀ ਫਿਰੋਜ਼ਪੁਰ ਤੇ ਇਧਰੋਂ ਦੀ ਜਲੰਧਰ ਠੀਕ ਹੈ ਹੁਸ਼ਿਆਰਪੁਰ ਗੁਰਦਾਸਪੁਰ ਆ ਲਗਰੇਵਰੇ ਅੰਬਰਸਰ ਤਰਨਤਾਰਨ ਫਿਰੋਜ਼ਪੁਰ ਦਾ ਥੋੜਾ ਜਿਹਾ 파ਟ ਤੋਂ ਦੇ ਬਾਅਦ ਜਲੰਧਰ ਕਲੀਅਰ ਤੇ ਇਧਰੋਂ ਦੀ ਜੀ ਗੱਲ ਕਰੀਏ ਇਧਰੋਂ ਦੀ ਇਹ ਨਵਾਂ ਸ਼ਹਿਰ ਜਿਹੜਾ ਕਪੂਰਥਲੇ ਦੇ ਨਾਂ ਲੱਗਦਾ ਠੀਕ ਕਲੀਅਰ ਤੋਂ ਇਧਰੋਂ ਦੀ ਨਵਾਂ ਸ਼ਹਿਰ ਜਿਹੜਾ ਕਪੂਰਥਲੇ ਦੇ ਨਾਂ ਲੱਗਦਾ ਤੋਂ ਟੋਟਲ ਜੇ ਆਪਾਂ ਗੱਲ ਕਰੀਏ ਕਪੂਰਥਲਾ ਕਿਉਂਕਿ ਦੋ ਹਿੱਸਿਆਂ ਚ ਵੰਡਿਆ ਹੋਇਆ ਤੇ ਇੱਕ ਹਿੱਸੇ ਨਾਲ ਤਾਂ 6 ਡਿਸਟ੍ਰਿਕਟ ਲੱਗ ਰਹੇ ਨੇ ਦੂਸਰੇ ਹਿੱਸੇ ਨਾਲ ਜਿਹੜੇ ਅ ਡਿਸਟ੍ਰਿਕਟ ਜਿਹੜੇ ਲੱਗ ਰਹੇ ਨੇ ਜੇ ਆਪਾਂ ਕਾਮਨ ਵਾਲੇ ਕੱਢ ਦਈਏ ਤੇ ਇੱਕ ਨਵਾਂ ਡਿਸਟ੍ਰਿਕਟ ਯਾਨੀ ਕਿ ਨਵਾਂ ਸ਼ਹਿਰ ਹੈ ਜਿਹੜਾ ਕਪੂਰਥਲੇ ਦੇ ਇਸ 파ਰਟ ਨਾਲ ਲੱਗਦਾ ਇਸ 파ਰਟ ਦੇ ਨਾਲ ਨਹੀਂ ਲੱਗਦਾ ਠੀਕ ਹੈ ਤੋ ਜਲੰਧਰ ਜਿਹੜਾ ਸੈਂਟਰ ਦੇ ਵਿੱਚ ਆਂਦਾ ਕਿ ਇਹ ਕਪੂਰਥਲੇ ਦੇ ਵਿੱਚ ਆ ਜਿਹੜਾ ਤੁਸੀਂ 파ਰਟ ਦੇਖ ਰਹੇ ਹੋ ਆਹ ਵਾਲਾ ਜਿਹੜਾ 파ਰਟ ਹੈ ਇਸ ਸਾਈਡ ਵਾਲਾ ਆਹ ਜਿਹੜਾ 파ਰਟ ਹੈ ਫਗਵਾੜੇ ਵਾਲਾ 파ਰਟ ਹੈ ਕਲੀਅਰ ਓਕੇ ਠੀਕ ਹੈ ਹੁਣ ਆਪਾਂ ਗਾਹਾਂ ਚੱਲਦੇ ਆਂ ਤੇ ਗਾਹ ਪਾਈ ਇੰਪੋਰਟੈਂਟ ਜਿਹੜੀ ਡਿਸਕਸ਼ਨ ਹੈ ਕਪੂਰਥਲਾ ਨੂੰ ਲੈ ਕੇ ਕਰਕੇ ਉਹਨੂੰ ਆਪਾਂ ਸ਼ੁਰੂ ਕਰਾਂਗੇ ਕਪੂਰਥਲਾ ਦੇ ਵਿੱਚ ਸਾਰਿਆਂ ਨਾਲੋਂ ਇੰਪੋਰਟੈਂਟ ਔਰ ਸਾਰਿਆਂ ਨਾਲੋਂ ਫੇਮਸ ਸਪੀਸ ਉਹ ਹੈਗਾ ਜਗਜੀਤ ਪੈਲੇਸ ਮਹਾਰਾਜਾ ਜਗਜੀਤ ਦਾ ਪੈਲੇਸ ਜਿਹੜੇ ਕਿ ਇੱਥੋਂ ਦੇ ਲਾਸਟ ਰੂਲਰ ਸੀਗੇ 5 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੇ ਜਿਹੜੀ ਗੱਦੀ ਜਿਹੜੀ ਸੰਭਾਲ ਲਈ ਸੀਗੀ ਠੀਕ ਹੈ ਉਹਦੇ ਬਾਰੇ ਹਿਸਟਰੀ ਬਾਰੇ ਪੂਰੀ ਡਿਸਕਸ਼ਨ ਕਰਾਂਗੇ ਤੋਂ ਜਗਜੀਤ ਪੈਲੇਸ ਤੋਂ ਆ ਇਹਦੀ ਪਿਕਚਰ ਹੈ ਜਗਜੀਤ ਪੈਲੇਸ ਦੀ ਠੀਕ ਹੈ ਐਂਡ ਜਿਹੜਾ ਕਪੂਰਥਲਾ ਜਿਹੜਾ ਆਪਣਾ ਜਿਹੜਾ ਡਿਸਟ੍ਰਿਕਟ ਹੈ ਇਹਨੂੰ ਪੈਰੀਸੋ ਪੰਜਾਬ ਵੀ ਕਿਹਾ ਜਾਂਦਾ ਹੈ ਇਹਨੂੰ ਪੈਰੀਸੋ ਪੰਜਾਬੀ ਕਿਹਾ ਜਾਂਦਾ ਕਪੂਰਥਲੇ ਦੀ ਖਾਸੀਅਤ ਇਹ ਹੈ ਜਿਵੇਂ ਤੁਸੀਂ ਆ ਪੈਲੈਸ ਦੇਖ ਰਹੇ ਹੋ ਜਗਜੀਤ ਪੈਲੈਸ ਦੇਖ ਰਹੇ ਹੋ ਇਹ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਠੀਕ ਹੈ ਇਹ ਸੈਨਿਕ ਸਕੂਲ ਦੇ ਵਿੱਚ ਜਿਹੜਾ ਤਬਦੀਲ ਹੋ ਚੁੱਕਿਆ ਹੈ ਕਲੀਅਰ ਅੱਜ ਦੇ ਟਾਈਮ ਦੇ ਵਿੱਚ ਇਹ ਸੈਨਿਕ ਸਕੂਲ ਆ ਓਕੇ ਔਰ ਇਹਨੂੰ ਜਿਹੜਾ ਬਿਲਡ ਕੀਤਾ ਗਿਆ ਸੀਗਾ ਨਾ ਇਹ ਫਰਾਂਸ ਦੇ ਆਰਕੀਟੈਕਚਰਸ ਦੇ ਦੁਆਰਾ ਬਿਲਡ ਕੀਤਾ ਸੀ ਜਿਹਦੀ ਆਪਾਂ ਡਿਸਕਸ਼ਨ ਜਿਹੜੀ ਕੰਪਲੀਟ ਡਿਸਕਸ਼ਨ ਹੈ ਗਾਹਾਂ ਕਰਾਂਗੇ ਇਸ ਖਾਸियत ਇਹ ਹੈ ਕਿ ਇਸ ਪੈਲੇਸ ਦੇ ਵਿੱਚ ਇੱਕ ਘੜੀ ਸੀ ਉਹ ਜਿਹੜੀ ਘੜੀ ਹੈ ਇਸ ਪੈਲੇਸ ਦੀ ਉਹ ਸੀਗਾ ਇੱਕ ਮਕੈਨੀਕਲ ਕਲੋਕ ਆ ਮਕੈਨੀਕਲ ਕਲੋਕ 12 ਕੰਟਰੀਜ਼ ਦਾ ਟਾਈਮ ਯੂਰਪ ਦੀਆਂ 12 ਕੰਟਰੀਆਂ ਦਾ ਟਾਈਮ ਯੂਰੋਪ ਪਲਸ ਏਸ਼ੀਆ ਦੀ 12 ਕੰਟਰੀਜ਼ ਦਾ ਟਾਈਮ ਉਹਦੀ ਪਲੈਨੇਟਰੀ ਪੋਜੀਸ਼ਨ ਠੀਕ ਹੈ ਤੇ ਵੈਦਰ ਇਹਦੇ ਬਾਰੇ ਜਿਹੜਾ ਦੱਸਦੀ ਸੀ ਇਹ ਮਕੈਨੀਕਲ ਕੜੀ ਇਸ ਕਰਕੇ ਬਹੁਤ ਜ਼ਿਆਦਾ ਫੇਮਸ ਪਲੇਸ ਏਰੀਆ ਸਾਰੇ ਨੂੰ ਪਹਿਲਾਂ ਮੈਂ ਅੱਜ ਆਪਾਂ ਫੇਮਸ ਪਲੇਸ ਹੈ ਜਿਹੜਾ ਦਾ ਮੋਸਟ ਫੇਮਸ ਪਲੇਸ ਹੈ ਜਿਹੜਾ ਕਪੂਰਥਲੇ ਦਾ ਉਹਦੀ ਆਪਾਂ ਡਿਸਕਸ਼ਨ ਕੀਤੀ ਹੈ ਟਰਨ ਬਾਏ ਟਰਨ ਸਾਰੇ ਜਿਹੜੇ ਪਲੇਸਿਸ ਆ ਉਹ ਵੀ ਕਵਰ ਕਰਾਂਗੇ ਹੁਣ ਆਨੇ ਨੈਕਸਟ ਕੁਐਸਚਨ ਤੇ ਕਿ ਟੋਟਲ ਏਰੀਆ ਜਿਹੜਾ ਇਹ ਕਿੰਨਾ ਹੈ ਹੈਨਾ ਤਾਂ ਟੋਟਲ ਏਰੀਆ ਕਿੰਨਾ ਹੈ ਤਾਂ 1633 ਕਿਲੋਮੀਟਰ ਜਿਹੜਾ ਟੋਟਲ ਏਰੀਆ ਸਕੁਅਰ ਕਿਲੋਮੀਟਰ ਇਕੋ ਵਰੀ ਆ ਠੀਕ ਹੈ ਦੋ ਵਰੀ ਨਹੀਂ ਦੇਖ ਲੈਣਾ ਤੋਂ ਸਕੁਅਰ ਕਿਲੋਮੀਟਰ ਏਰੀਆ ਕਿੰਨਾ 1633 ਸਕੁਅਰ ਕਿਲੋਮੀਟਰ ਇਹਦੀ ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਚੀਜ਼ ਆਪਣੇ ਲਈ ਪਾਪੂਲੇਸ਼ਨ ਕਿੰਨੀ ਆ 817000 ਪਾਪੂਲੇਸ਼ਨ ਜੇ ਆਪਾਂ ਗੱਲ ਕਰੀਏ ਸੈਕਸ ਰੇਸ਼ਿਓ ਇੱਥੇ ਕਿਵੇਂਦੀ ਆ 912 ਸੈਕਸ ਰੇਸ਼ਿਓ ਆ ਸੈਕਸ ਰੇਸ਼ਿਓ ਦਾ ਮਤਲਬ ਕੀ ਹੋ ਗਿਆ 912 ਕੁੜੀਆਂ ਨੇ ਹਜ਼ਾਰ ਮੁੰਡਿਆਂ ਵਿੱਚੇ ਲਿਟਰੇਸੀ ਰੇਟ ਦੀ ਗੱਲ ਕਰੀਏ ਲਿਟਰੇਸੀ ਰੇਟ ਜਿਹੜਾ ਹੈਗਾ 79.07 ਠੀਕ ਹੈ ਅਪਰੋਕਸੀਮੇਟਲੀ ਗੱਲ ਕਰੀਏ ਕਿ 79 ਜਿਹੜਾ ਇਹਦਾ ਲਿਟਰੇਸੀ ਰੇਟ ਹੈ ਤੇ ਕਿਲੋਮੀਟਰ ਦੇ ਵਿੱਚ ਉਹਦਾ ਤੁਹਾਨੂੰ ਮੈਂ ਦੱਸ ਦਿੱਤਾ ਡੈنسਿਟੀ ਦੀ ਗੱਲ ਕਰੀਏ ਡੈنسਿਟੀ ਦਾ ਮਤਲਬ ਕੀ ਹੁੰਦਾ ਡੈنسਿਟੀ ਦਾ ਮਤਲਬ ਕੀ ਹੁੰਦਾ ਕਿ ਇੱਕ ਸਕੁਅਰ ਕਿਲੋਮੀਟਰ ਦੇ ਵਿੱਚ ਕਿੰਨੇ ਪਰਸਨ ਰਹਿ ਰਹੇ ਨੇ ਤੇ 501 ਜਿਹੜੀ ਡੈنسਿਟੀ ਹੈ ਜਾਨੀ ਪਰ ਸਕੁਅਰ ਕਿਲੋਮੀਟਰ ਜਿਹੜੇ 501 ਜਿਹੜੇ ਲੋਕੀ ਹੈ ਜਿਹੜੇ ਪਰ ਸਕੁਅਰ ਕਿਲੋਮੀਟਰ ਰਹਿ ਰਹੇ ਨੇ ਕਿੱਥੇ ਕਪੂਰਥਲੇ ਦੇ ਵਿੱਚ ਠੀਕ ਹੈ ਠੀਕ ਹੈ ਅ देयर ਆਰ 4 تحصیل्स इन मैं थोड़ा जा ठीक कर देना ठीक है गलती ना लिखया गया होना देयर आर 4 تحصیل्स इन कपूरथला कपूरथले दीयां 4 تحصیلਾਂ ਨੇ ਠੀਕ ਹੈ कपूरਥਲੇ ਦੀਆਂ 4 تحصیلਾਂ تحصیلਾਂ ਨੇ ਤਾਂ ਕਿਹੜੀਆਂ-ਕਿਹੜੀਆਂ تحصیلਾਂ ਨੇ कपूरथला ਆਪ ਸੁਲਤਾਨਪੁਰ ਲੋਧੀ ਠੀਕ ਹੈ ਜਿੱਥੇ ਪਹਿਲੇ ਗੁਰੂ ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ ਜਿੱਥੇ ਕਿ ਰੇ ਹੋਏ ਨੇ ਸੁਲਤਾਨਪੁਰ ਲੋਧੀ ਔਰ ਇਹ ਸਪੈਸ਼ਲ ਕੇਸ ਵੀ ਆ ਸੁਲਤਾਨਪੁਰ ਲੋਧੀ ਸਪੈਸ਼ਲ ਕੇਸ ਕਾ ਦਾ ਕਾ ਦਾ 스마트 ਸਿਟੀ ਦੇ ਵਿੱਚ 스마트 ਸਿਟੀਆਂ ਪੰਜਾਬ ਦੀਆਂ ਕਿੰਨੀਆਂ ਸਿਟੀਜ਼ 스마트 ਸਿਟੀਆਂ ਦੀ ਕੈਟਾਗਰੀ ਦੇ ਵਿੱਚ ਨੇ ਤਿੰਨ ਕਿਹੜੀਆਂ ਕਿਹੜੀਆਂ ਲੁਧਿਆਣਾ ਜਲੰਧਰ ਤੇ ਅੰਮ੍ਰਿਤਸਰ ਯਾਨੀ ਅੰਮ੍ਰਿਤਸਰ ਤੇ ਜੇ ਆਪਾਂ ਸਪੈਸ਼ਲ ਕੇਸ ਦੇ ਵਿੱਚ ਇੱਕ ਐਂਟਰੀ ਹੋਰ ਆ ਕਿਹੜੀ ਸੁਲਤਾਨਪੁਰ ਇਹੀ ਸੁਲਤਾਨਪੁਰ ਲੋਧੀ ਇੱਕ ਐਂਟਰੀ ਹੋਰ ਆ ਠੀਕ ਹੈ ਹੁਣ ਆਪਾਂ ਅਗਾਹ ਚੱਲਦੇ ਆ ਉਹਦੇ ਬਾਅਦ ਆ ਗਿਆ ਫਗਵਾੜਾ ਇਹ ਵੀ ਇੱਕ ਤਹਿਸੀਲ ਹੈ ਕਿ ਇਹਦੀ ਕਪੂਰਥਲੇ ਦੀ ਤੇ ਅਗਲੀ ਆ ਗਈ ਪਲੱਥ ਠੀਕ ਹੈ ਇਹ ਹੈ ਪ੍ਰਥ ਇਹਨੂੰ ਪਲੱਥ ਕਹਿੰਦੇ ਆ ਤੇ ਇੱਥੇ ਲਿਖਿਆ ਬਿਸ਼ੱਕ ਬੋਲੱਥ ਪਿਆ ਪਰ ਜਿਹੜੀ ਪ੍ਰੋਨਨਸिएशन ਆ ਪਲੱਥ ਆ ਪੰਜਾਬੀ ਦੇ ਵਿੱਚ ਕਹਿੰਦੇ ਪਲੱਥ ਠੀਕ ਹੈ ਤਾਂ ਕਪੂਰਥਲੇ ਦੀਆਂ ਕਿੰਨੀਆਂ ਤਹਿਸੀਲਾਂ ਨੇ ਚਾਰ ਤਹਿਸੀਲਾਂ ਨੇ ਕਪੂਰਥਲੇ ਦੀਆਂ ਚਾਰ ਤਹਿਸੀਲਾਂ ਨੇ ਹੁਣ ਮਿਊਨਿਸਪਲ ਕਾਰਪੋਰੇਸ਼ਨ ਆ ਬੜੀ ਇੱਕ ਇੰਟਰਸਟਿੰਗ ਗੱਲ ਹੈ ਪੰਜਾਬ ਦੀਆਂ 13 13 ਮਿਊਨਿਸਪਲ ਕਾਰਪੋਰੇਸ਼ਨਸ ਨੇ ਪੰਜਾਬ ਦੀਆਂ ਮਿਊਨਿਸਪਲ ਕਾਰਪੋਰੇਸ਼ਨਾਂ ਕਿੰਨੀਆਂ ਨੇ 13 ਔਰ 13 ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਆ ਇੱਕ ਡਿਸਟ੍ਰਿਕਟ ਇਹੋ ਜੀ ਆ ਇੱਥੇ ਦੋ ਮਿਊਨਿਸਪਲ ਕਾਰਪੋਰੇਸ਼ਨਸ ਨੇ ਯਾਨੀ ਕਪੂਰਥਲੇ ਵੀ ਹੈਗੀ ਐ ਤੇ ਫਗਵਾੜੇ ਵੀ ਹੈਗੀ ਐ ਠੀਕ ਐ ਉਹ ਇਹੋ ਜੀ ਇਹ ਡਿਸਟ੍ਰਿਕਟ ਆ ਜਿੱਥੇ ਦੋ ਮਿਊਨਿਸਪਲ ਕਾਰਪੋਰੇਸ਼ਨਸ ਨੇ ਕਪੂਰਥਲੇ ਵੀ ਮਿਊਨਿਸਪਲ ਕਾਰਪੋਰੇਸ਼ਨ ਹੈਗੀ ਐ ਤੇ ਫਗਵਾੜੇ ਵੀ ਹੈਗੀ ਆ ਮਿਊਨਿਸਪਲ ਕਾਰਪੋਰੇਸ਼ਨ ਹੁਣ ਆਪਾਂ ਗਾਹਾਂ ਵੇਖੀਏ ਅ ਨੰਬਰ ਆਫ ਵਿਲੇजेस ਦੀ ਗੱਲ ਕਰਦੇ ਆ ਤੇ ਜਿਹੜੀ ਵਿਧਾਨ ਸਭਾ ਦੀਆਂ ਜਿਹੜੀਆਂ ਸੀਟਾਂ ਹੁੰਦੀਆਂ ਉਹ ਇਹਦੇ ਵਿੱਚ ਕਿੰਨੀਆਂ ਕੰਸਟੀਟੂਐਂਸੀਜ਼ ਕਿੰਨੀਆਂ ਨੇ ਚਾਰ ਸੀਟਾਂ ਦੀ ਕੌਨਸਟਿਟੂਐਂਸੀਜ਼ ਚਾਰ ਇਹਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੀ ਕੌਨਸਟਿਟੂਐਂਸੀਜ਼ ਨੇ ਤੇ ਪਿੰਡ 'ਚ 688 ਪੈਂਦੇ ਨੇ ਹੁਣ ਅਨੇ ਆਪਾਂ ਇੰਪੋਰਟੈਂਟ ਚੀਜ਼ਾਂ ਵੱਲ ਜਿਹੜੀਆਂ ਕਿ ਤੁਸੀਂ ਅਕਸਰ ਮੈਨੂੰ ਪੁੱਛਦੇ ਹੋ ਕਿ ਇੱਥੇ ਚੀਜ਼ਾਂ ਕਿਹੜੀਆਂ-ਕਿਹੜੀਆਂ ਇੰਪੋਰਟੈਂਟ ਆ ਪੇਪਰ ਦੇ ਵਿੱਚ ਆਉਣ ਵਾਲੀਆਂ ਜਿਹੜੀਆਂ ਗੱਲਾਂ ਆਪਾਂ ਹੁਣ ਉਹ ਕਰਦੇ ਆ ਠੀਕ ਹੈ ਸਾਰਿਆਂ ਨੂੰ ਪਹਿਲਾਂ ਜਿਹੜਾ ਮੈਂ ਰੋਜ਼ ਪੈਟਰਨ ਕਰਾਂਦਾ ਸੀ ਪਹਿਲਾਂ ਮੈਂ ਹਿਸਟਰੀ ਕਰਵਾਉਂਦਾ ਸੀ ਫੇਅਰ ਪਲੇਸਿਸ ਵਗੈਰਾ ਕਰਵਾਉਂਦਾ ਸੀ ਹੁਣ ਮੈਂ ਥੋੜਾ ਜਿਹਾ ਚੇਂਜ ਕਰ ਦਿੱਤਾ ਪਹਿਲਾਂ ਮੈਂ ਪੋਲਿਸੀਜ਼ ਰੱਖ ਦਿੱਤੇ ਆ ਕਪਲੇਸਿਸ ਪਹਿਲਾਂ ਕਰਾਂਗੇ ਉੱਥੇ ਜਿਹੜੇ ਫੈਸਟੀਵਲਸ ਵਗੈਰਾ ਉਹ ਕਰਾਂਗੇ ਐਂਡ ਚ ਹਿਸਟਰੀ ਕਰਾਂਗੇ ਕਿਉਂ ਕਿ ਕਿਉਂਕਿ ਇਹਦੇ ਚ ਕੁਐਸਚਨ ਜ਼ਿਆਦਾ ਆਉਂਦੇ ਆ ਤਾਂ ਆਪਣਾ ਮੇਨ ਬੇਸਿਕ ਇਹ ਹੈ ਕਿ ਪੇਪਰ ਦੇ ਜਿਹੜੇ ਕੁਐਸਚਨ ਆਉਂਦੇ ਆ ਉਹਨੂੰ ਕਰ ਸਕੀਏ ਅਗਰ ਪੀਸੀਐਸੀ ਤਿਆਰੀ ਕਰ ਰਹੇ ਹੋ ਪੀਪੀਐਸਸੀ ਤਿਆਰੀ ਕਰ ਰਹੇ ਹੋ ਜਾਂ ਪੰਜਾਬ ਦੇ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ ਜਿਵੇਂ ਕਿ ਪੀਟ੍ਰੀਪਲ ਐਸਬੀ ਹੋ ਗਿਆ ਜਾਂ ਕੋਈ ਵੀ ਤੇ ਉਹਦੇ ਵਾਸਤੇ ਇਹ ਕਲਾਸ ਬਹੁਤ ਜ਼ਿਆਦਾ ਇੰਪੋਰਟੈਂਟ ਆ ਅਗਰ ਤੁਸੀਂ ਬੈਚ ਕਦੀ ਵੀ ਬੈਚ ਲੈਂਦੇ ਹੋ ਕਿਸੇ ਵੀ ਇਗਜ਼ਾਮ ਦੀ ਤਿਆਰੀ ਕਰਨ ਵਾਸਤੇ ਚਾਹੇ ਤੁਸੀਂ ਬੈਂਕ ਸੈਕਟਰ ਚ ਚੱਲ ਜਿਓ ਚਾਹੇ SSC ਚ ਚੱਲ ਜਿਓ ਚਾਹੇ ਪੰਜਾਬ ਦੇ ਪੇਪਰਾਂ ਦੀ ਤਿਆਰੀ ਕਰਨੀ ਹੋਵੇ ਚਾਹੇ ਤੁਸੀਂ ਟੈਸਟ ਸੀਰੀਜ਼ ਲੈਣੀ ਹੋਵੇ ਆ ਕੋਡ ਹਮੇਸ਼ਾ ਉੱਤੇ ਲਿਖਿਆ ਰਹਿੰਦਾ ਆ ਕੋਡ ਕਾਦੇ ਵਾਸਤੇ ਆ Y354 ਕੋਡ ਕਾਦੇ ਵਾਸਤੇ ਹੁੰਦਾ ਇਹ ਹੁੰਦਾ ਡਿਸਕਾਊਂਟ ਵਾਸਤੇ ਹੁਣ ਇੱਕ ਗੱਲ ਸੁਣ ਲਓ ਜੇ ਟੈਸਟ ਸੀਰੀਜ਼ ਲਓਗੇ Y354 ਦੇ ਨਾਲ S ਲਗਾ ਦੇਣਾ ਪਿੱਛੇ S ਇਹਦੇ ਨਾਲ ਜਿਹੜਾ ਅ ਇਸ ਇੱਕ ਕੋਡ ਲਗਾਉਣ ਦੇ ਨਾਲ ਜਿਹੜਾ ਤੁਹਾਨੂੰ ਡਿਸਕਾਊਂਟ ਹੈ ਜਿਹੜਾ ਜ਼ਿਆਦਾ ਮਿਲਦਾ ਹੈ ਇਹਦੇ ਨਾਲ ਇਹ ਜਿਹੜਾ ਕੋਡ ਹੈ ਇੱਕ ਤਾਂ ਸਿਰਫ ਟੈਸ ਸੀਰੀਜ਼ ਤੇ ਲੱਗਦਾ ਤੇ ਦੂਸਰਾ ਇਹ ਕੋਡ ਲੱਗਦਾ ਆ ਈ ਬੁੱਕਸ ਤੇ ਜੇ ਤੁਸੀਂ ਕਹੋ ਕਿ ਬੈਚ ਤੇ ਬੈਚ ਤੇ ਨਹੀਂ ਲੱਗਣਾ ਬੈਚ ਤੇ ਵਾਏ 354 ਨਾਲ ਹੀ ਤੁਹਾਨੂੰ ਜਿਹੜਾ 78% ਦਾ ਡਿਸਕਾਊਂਟ ਦਾ ਤੁਹਾਨੂੰ ਬੈਚ ਤੇ ਇਹਦੇ ਨਾਲ ਮਿਲ ਜਣਾ ਹੈ ਕਲੀਅਰ ਚੱਲੀਏ ਅੱਗੇ ਚਲੋ ਗਾਹਾਂ ਚੱਲਦੇ ਆਂ ਸਾਰਿਆਂ ਨੂੰ ਪਹਿਲਾਂ ਆਪਾਂ ਇੱਥੇ ਇੱਕ ਮਸਕਿਊ ਦੀ ਗੱਲ ਕਰਦੇ ਆ ਇੱਕ ਦਰਗਾਹ ਦੀ ਗੱਲ ਕਰਦੇ ਆ ਨਾਮ ਹੈਗਾ ਮੂਰੀਸ਼ ਮਸਕਿਊ ਤਾਂ ਮੂਰੀਸ਼ ਮਸਕਿਊ ਕਿੱਥੋਂ ਦੀ ਹੈ ਕਪੂਰਥਲਾ ਦੇ ਵਿੱਚ ਠੀਕ ਹੈ ਕਪੂਰਥਲਾ ਦੇ ਵਿੱਚ ਇਹਨੂੰ ਕਿਹਦੇ ਦੁਆਰਾ ਬਣਾਇਆ ਗਿਆ ਸੀਗਾ ਜਾਂ ਕਿਹਦੇ ਦੁਆਰਾ ਇਸ ਮਸਕਿਊ ਨੂੰ ਕਹਿ ਸਕਦੇ ਆ ਡਿਜ਼ਾਈਨ ਕੀਤਾ ਗਿਆ ਸੀਗਾ ਤਾਂ ਉਹ ਐਮ ਮੈਂਟਿਕਸ ਠੀਕ ਹੈ ਤਾਂ ਐਮ ਮੈਂਟਿਕਸ ਐਮ ਨਾਮ ਇਹਨਾਂ ਦਾ ਐਵੇਂ ਦੇ ਹੀ ਹੁੰਦੇ ਆ ਐਮ ਮੈਂਟਿਕਸ ਠੀਕ ਹੈ টি ای ইউ ਐ এক্স এম ਮੈਂਟੂ ਐਕਸ ਜਿਹੜੀ ਹੈ ਜਿਹੜਾ ਪਰਸਨ ਹੈ ਇਹਦੇ ਦੁਆਰਾ ਇਹਨੂੰ ਜਿਹੜਾ ਆਈਡੀਆ ਜਿਹੜਾ ਆਈਡੀਆ ਕਹਿ ਸਕਦੇ ਆ ਜਾਂ ਇਸ ਪਰਸਨ ਨੇ ਇਹਨੂੰ ਬਣਾਇਆ ਸੀਗਾ 1930 ਦੇ ਵਿੱਚ 1930 ਦੇ ਵਿੱਚ ਬਣਾਇਆ ਸੀਗਾ ਤੇ ਕੰਸਟਰਕਸ਼ਨ ਕੰਸਟਰਕਸ਼ਨ ਜਿਹੜੀ 3 ਸਾਲ ਲੱਗੇ ਸੀ ਇਹਨੂੰ ਬਣਨ ਲਈ 27 ਦੇ ਵਿੱਚ ਯਾਨੀ ਕੰਸਟਰਕਸ਼ਨ ਸ਼ੁਰੂ ਹੋਈ ਹੋएगी ਹਾਂ ਤਾਂ 27 ਦੇ ਵਿੱਚ ਕੰਸਟਰਕਕਸ਼ਨ ਸ਼ੁਰੂ ਹੋਈ ਸੀ ਔਰ 1930 ਦੇ ਵਿੱਚ ਇਹਨੂੰ ਜਿਹੜਾ ਤਿਆਰ ਪੂਰਾ ਕਰ ਦਿੱਤਾ ਗਿਆ ਫੁੱਲ ਫਲੇਜ ਬਣ ਗਈ ਇਹਦੇ ਦੁਆਰਾ ਬਣਾਈ ਗਈ ਐਮ ਮੈਂਟੂ ਐਕਸ ਦੇ ਦੁਆਰਾ ਠੀਕ ਹੈ ਟੂ ਐਕਸ ਦੇ ਦੁਆਰਾ ਬਣਾਈ ਗਈ क्लियर इस uh, मोसकी बनाने खर्चा जोड़ा बेअंत हो बेअंत कि जस्ट वेट प्लीज आई एम कमिंग ओके तो आ गए जी ਅ ਤਹਿਸੀਲ ਕਪੂਰਥਲਾ ਪਲੱਥ ਸੁਲਤਾਨਪੁਰ ਲੋਧੀ ਫਗਵਾੜਾ ਬਿਲਕੁਲ ਜੀ ਚਾਰ ਤਹਿਸੀਲਾਂ ਨੇ ਠੀਕ ਆ ਸਹੀ ਆ ਠੀਕ ਹੈ ਹੁਣ ਆਪਾਂ ਗੱਲ ਕਰਦੇ ਆ ਅ ਅੱਛਾ ਪੁਆਇੰਟ ਕਿਹੜਾ ਸੀਗਾ ਆਪਣਾ ਹਾਂ ਇਹਨੂੰ ਬਣਾਉਣ ਦੇ ਵਿੱਚ ਜਿਹੜਾ 6 ਲੱਖ ਰੁਪਏ ਦਾ ਖਰਚਾ ਹੋ ਗਿਆ ਸੀਗਾ 6 ਲੱਖਸ ਆਫ ਦਾ ਰੁਪੀਸ ਠੀਕ ਹੈ 6 ਲੱਖ ਰੁਪਏ ਦਾ ਜਿਹੜਾ ਲਗਭਗ ਇੰਨਾ ਖਰਚਾ ਇਸ ਮਸਕਿਉ ਨੂੰ ਬਣਾਉਣ ਲਈ ਹੋ ਗਿਆ ਸੀਗਾ ਇਹਦਾ ਜਿਹੜਾ ਆਈਡੀਆ ਯਾਨੀ ਇਹਨੂੰ ਕਹੀਏ ਕਿ ਇਹਦੋਂ ਇਨਸਪਾਇਰੇਸ਼ਨ ਕਿੱਥੋਂ ਮਿਲੀ ਕਿ ਇਹਨੂੰ ਦੇਖ ਕੇ ਇਹਨੂੰ ਬਣਾਇਆ ਗਿਆ ਕੁਤਬੀਆ ਮਸਕਿਉ ਹੈ ਜਿਹੜਾ ਕੁਤਬੀਆ ਮਸਕਿਊ ਠੀਕ ਹੈ ਮਾਰਕਾਸ਼ ਜਿਹੜੀ ਜਗਾ ਹੈਗੀ ਹੈ ਉਥੋਂ ਦਾ ਦੇਖ ਕੇ ਇਹਨੂੰ ਆਈਡੀਆ ਜਿਹੜਾ ਲਿਆ ਗਿਆ ਠੀਕ ਹੈ ਤੋਂ ਇਹ ਕਪੂਰਥਲਾ ਦੀ ਜਿਹੜੀ ਮੇਨ ਜਿਹੜੀ ਇੱਕ ਮਸਕਿਊ ਹੈ दैट इज अ ਮੂਰੀਸ਼ ਮਸਕਿਊ ਠੀਕ ਹੈ ਮੈਂਟ੍ਰਿਕਸ ਦੇ ਦੁਆਰਾ ਬਣਾਈ ਗਈ ਔਰ ਇਹ ਜਿਹੜੀ ਮਸਕਿਊ ਹੈ ਇਹ ਇਨਸਪਾਇਰਡ ਸੀ ਕਿ ਕੁਤਬੀਆ ਮਸਕਿਊ ਤੋਂ ਠੀਕ ਹੈ ਔਰ ਜੇ ਆਪਾਂ ਪੁੱਛੀਏ ਕਿ ਇਹਦੇ ਵਿੱਚ ਠੀਕ ਹੈ ਉਹਦੇ ਤੇ ਵੀ ਆ ਰਹੇ ਹਾਂ ਉਸ ਪੁਆਇੰਟ ਤੇ ਵੀ ਆ ਰਹੇ ਹਾਂ ਠੀਕ ਹੈ ਤਾਂ ਅ ਪ੍ਰੈਜ਼ੈਂਸ ਆਫ ਨਵਾਬ صدیق ਮੁਹੰਮਦ ਖਾਨ ਤੇ ਬਹਾਦਰ ਨਵਾਬ ਆਫ ਭਾਵਲਪੁਰ ਠੀਕ ਹੈ ਆ ਦੋਵਾਂ ਦੀ ਪ੍ਰੈਜ਼ੈਂਸ ਦੇ ਵਿੱਚ ਇਹ ਮਸਕ ਜਿਹੜੀ ਬਣਾਈ ਗਈ ਠੀਕ ਹੈ ਕਲੀਅਰ ਹੈਲੋ ਜੀ ਹਾਂ ਜੀ ਹਾਂ ਜੀ ਹੈਲੋ ਸਰ ਜੀਪੀ ਕੋਰ ਹੈਲੋ ਸਰ ਹੈਲੋ ਜੀ ਚਲੋ ਅਗਲੇ ਅੱਗੇ ਆਪਾਂ ਚੱਲਦੇ ਹਾਂ ਪਹਿਲਾਂ ਚੀਜ਼ਾਂ ਦੇਖ ਲਈਏ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਗਜੀਤ ਪੈਲੇਸ ਜਗਜੀਤ ਪੈਲੇਸ ਜਿਹੜਾ ਕਿ ਰੈ residențial ਪਲੇ ਸੀਗਾ ਮਹਾਰਾਜਾ ਕਪੂਰਥਲੇ ਦੇ ਮਹਾਰਾਜਾ ਜਿਹੜੇ ਕਪੂਰਥਲੇ ਦੇ ਜਗਜੀਤ ਸਿੰਘ ਸੀਗੇ ਔਰ ਜਗਜੀਤ ਸਿੰਘ ਜਿਹੜੇ ਇਹ ਉਪ ਰਾਜਪ੍ਰਮੁਖ ਵੀ ਹੋਏ ਨੇ ਠੀਕ ਹੈ ਜਦੋਂ ਆਪਾਂ ਪੈਪਸੂ ਦੀ ਗੱਲ ਕਰਦੇ ਆਂ ਜਦੋਂ ਪੈਪਸੂ ਬਣਿਆ ਸੀਗਾ 1948 ਦੇ ਵਿੱਚ ਉਦੋਂ ਜਿਹੜੇ ਉਪ ਰਾਜਪ੍ਰਮੁਖ ਜਿਹੜੇ ਹੋਏ ਸੀ ਉਹ ਜਗਜੀਤ ਹੋਏ ਸੀਗੇ ਠੀਕ ਹੈ ਤੇ ਰਾਜਪ੍ਰਮੁਖ ਜਿਹੜੇ ਪਟਿਆਲੇ ਦੇ ਮਹਾਰਾਜਾ ਸੀਗੇ ਠੀਕ ਹੈ ਤੇ ਉਪ ਰਾਜਪ੍ਰਮੁਖ ਆਹ ਜਗਜੀਤ ਸੀਗੇ ਮਹਾਰਾਜਾ ਆਫ ਕਪੂਰਥਲਾ ਵਾਜ਼ਦਾ ਉਪ ਰਾਜਪ੍ਰਮੁਖ ਔਰ 20 ਅਗਸਤ 1948 ਦੇ ਵਿੱਚ 20 ਅਗਸਤ 1948 ਦੇ ਵਿੱਚ ਕਪੂਰਥਲਾ ਜਿਹੜਾ ਪੈਪਸੂ ਦੇ ਨਾਲ ਮਿਲਿਆ ਸੀਗਾ ਪੈਪਸੂ ਯਾਨੀ ਪ੍ਰਿੰਸਲੀ ਸਟੇਟ ਇਸ ਲਈ ਕਪੂਰਥਲਾ ਯਾਨੀ ਉਹ ਜਗਾਵਾ ਜਿੱਥੇ ਰਾਜਾ ਮਹਾਰਾਜਿਆਂ ਦਾ ਰਾਜ ਰਿਆ ਉਹਨਾਂ ਨੂੰ ਆਪਾਂ ਪ੍ਰਿੰਸਲੀ ਸਟੇਟਸ ਕਹਿ ਦਿੰਦੇ ਆ ਕਪੂਰਥਲਾ ਇੱਕ ਪ੍ਰਿੰਸਲੀ ਸਟੇਟ ਸੀਗਾ ਪੰਜਾਬ ਦਾ ਠੀਕ ਹੈ ਔਰ ਇਸ ਦੇ ਬਾਅਦ ਆਪਾਂ ਨੈਕਸਟ ਟੱਪਾ ਚੱਲਦੇ ਆ ਜਿਵੇਂ ਕਿ ਇਹਨੂੰ ਬਿਲਟ ਜਗਜੀਤਪਾਲ ਇਹ ਸਭ ਬਿਲਟ ਕਰੂ ਕੀਤਾ ਗਿਆ ਤਾਂ ਇਹ ਜਿਹੜਾ 1908 ਦੇ ਵਿੱਚ ਬਣਾਇਆ ਗਿਆ ਔਰ ਇਹ ਜਿਹੜਾ ਪੈਲੇਸ ਹੈ ਜਿਹੜਾ ਪੈरिस ਦਾ ਇੱਕ ਪੈਲੇਸ ਹੈ दैट इज द ਵਰਸੇਲੀਸ ਪੈਲੇਸ ਵਰਸੇਲੀਸ ਪੈਲੇਸ ਦੇ ਆਰਕੀਟੈਕਚਰ ਦੇ ਅਕੋਰਡਿੰਗਲੀ ਹੀ ਇਹਨੂੰ ਬਣਾਇਆ ਗਿਆ ਠੀਕ ਹੈ ਵਰਸੇਲੀਸ ਪੈਲੇਸ ਹੈ ਵਰਸੇਲੀ ਦੀ ਟ੍ਰੀਟੀ ਵੀ ਹੋਈ ਸੀਗੀ ਠੀਕ ਹੈ ਆਫਟਰ ਦਾ ਵਰਲਡ ਵਾਰ ਤੋਂ ਵਰਸੇਲੀ ਪੈਲੇਸ ਹੈ ਜਿਹੜਾ ਉਹਦੇ ਆਧਾਰ ਤੇ ਹੀ ਯਾਨੀ ਉਹਦੇ ਆਰਕੀਟੈਕਚਰ ਦੇ ਹਿਸਾਬ ਨਾਲ ਇਹਨੂੰ ਬਣਾਇਆ ਗਿਆ ਅੱਜ ਦੀ ਮੌਜੂਦਾ ਟਾਈਮ ਦੇ ਵਿੱਚ ਇਹ ਜਿਹੜਾ ਪੈਲੇਸ ਹੈ ਇੱਕ ਸੈਰਿੰਗ ਸਕੂਲ ਹੈ ਜਿੱਥੇ ਨੈਸ਼ਨਲ ਡਿਫੈਂਸ ਅਕੈਡਮੀ ਦੇ ਬੱਚਿਆਂ ਨੂੰ ਜਿਹੜੀ ਟ੍ਰੇਨਿੰਗ ਜਿਹੜੀ ਦਿੱਤੀ ਜਾਂਦੀ ਹੈ ਓਕੇ ਇਹ ਸੀਗਾ ਜਗਜੀਤ ਪੈਲੇਸ ਜਿਹੜਾ ਕਿ ਬਹੁਤ ਇੰਪੋਰਟੈਂਟ ਹੈ ਤੋ ਇਹ ਰੈਜ਼ਿਡੈਂਸ ਆਫ ਮਹਾਰਾਜਾ ਸੀਗਾ ਤੋ ਨੈਕਸਟ ਆਪਾਂ ਪੁਆਇੰਟ ਤੇ ਚੱਲਦੇ ਆ ਨੈਕਸਟ ਕਪੂਰਥਲਾ ਦੇ ਵਿੱਚ ਕਿਹੜੀ ਜਿਹੜੀ ਇੰਪੋਰਟੈਂਟ ਚੀਜ਼ ਹੈ ਥੈਟ ਇਜ਼ ਅ ਪੰਚ ਮੰਦਿਰ ਤੋ ਪੰਚ ਮੰਦਿਰ ਕਪੂਰਥਲਾ ਇਹਦੀ ਖਾਸੀਅਤ ਇਹ ਹੈ ਜਦੋਂ ਆਪਾਂ ਇਸ ਮੰਦਿਰ ਦੇ ਵਿੱਚ ਐਂਟਰ ਹੁੰਨੇ ਆ ਨਾ ਤੋ ਇੱਕੋ ਵਾਰੀ ਸਾਨੂੰ ਸਾਰੇ ਮੰਦਰਾਂ ਦੇ ਦਰਸ਼ਨ ਯਾਨੀ ਪੰਜੇ ਦੇਵਤਿਆਂ ਦੇ ਦਰਸ਼ਨ ਜਿਹੜੇ ਇੱਕੋ ਵਾਰੀ ਚ ਹੋ ਜਾਂਦੇ ਨੇ ਠੀਕ ਹੈ ਤੋ ਪੰਚ ਮੰਦਿਰ ਕਪੂਰਥਲਾ ਪੰਚ ਮੰਦਿਰ ਕਪੂਰਥਲਾ ਤੋ ਟੈਂਪਲ ਆਫ ਫਾਈਵ ਸਮਾਲ ਟੈਂਪਲਸ ਇਹਦੇ ਪੰਜ ਅਗੇ ਦੇਵੀ-ਦੇਵਤੇ ਹੈਗੇ ਨੇ ਟੈਂਪਲ ਆਫ ਫਾਈਵ ਸਮਾਲ ਟੈਂਪਲਸ ਠੀਕ ਹੈ ਇਹੀ ਇਹਦਾ ਐਕਸਟਰਾਔਡੀਨਰੀ ਫੀਚਰ ਹੈ ਫੀਚਰ ਹੈ ਕਿ ਜਦੋਂ ਹੀ ਤੁਸੀਂ ਇਹਦੇ ਤੇ ਐਂਟਰ ਕਰਦੇ ਹੋ ਐਂਟਰੀ ਡੋਰ ਤੇ ਤੁਸੀਂ ਸਾਰੇ ਫਾਈਵ ਆਈਡਲਸ ਐਂਡ ਪੇ ਆਬਜਨਸ ਟੂ ਆਲ ਐਂਟਰ ਕਰਦੇ ਹੀ ਤੁਸੀਂ ਜਿਹੜੇ ਅਹਮ ਦਰਸ਼ਨ ਹੈ ਜਿਹੜੇ ਮੂਰਤੀਆਂ ਦੇਖ ਸਕਦੇ ਹੋ ਤੇ ਉੱਥੇ ਜਿਹੜਾ ਮੱਥਾ ਟੇਕ ਸਕਦੇ ਹੋ ਇਹ ਪੰਚ ਮੰਦਿਰ ਠੀਕ ਹੈ ਕਪੂਰਥਲਾ ਦੇ ਵਿੱਚ ਬੜੀ ਬੜੀ ਪੇਪਰ ਦੇ ਵਿੱਚ ਕੁਐਸਚਨ ਆਇਆ ਹੋਇਆ ਹੈ ਪੰਚ ਮੰਦਿਰ ਕਿੱਥੇ ਹੈ ਅਗਲੀ ਆਪਾਂ ਗੱਲ ਕਰਦੇ ਹਾਂ ਨੈਕਸਟ ਆਪਣੇ ਕੋਲ ਹੈਗਾ ਸਟੇਟ ਸਟੇਟ ਦਾ ਗੁਰਦੁਆਰਾ ਸਾਹਿਬ ਠੀਕ ਹੈ ਗੁਰਦੁਆਰਾ ਸਾਹਿਬ ਕਪੂਰਥਲਾ ਕਲੀਅਰ ਗੁਰਦੁਆਰਾ ਸਾਹਿਬ ਕਪੂਰਥਲੇ ਦਾ ਤੇ ਹੁਣ ਆ ਜਿਹੜਾ ਗੁਰਦੁਆਰਾ ਸਾਹਿਬ ਹੈ ਇਹ ਰੈੱਡ ਸਟੋਨਡ ਸੀਗਾ ਹੁਣ ਤੁਸੀਂ ਇਹ ਦੇਖ ਰਹੇ ਹੋ ਨਾ ਆਹ ਰੈੱਡ ਸਟੋਨਡ ਗੁਰਦੁਆਰਾ ਸੀਗਾ ਸੋ ਦਿਸ ਵਾਸ ਅ ਰੈੱਡ ਸਟੋਨ ਬਿਲਡਿੰਗ ਬਟ ਇਹਨੂੰ ਹੁਣ ਵਾਈਟ ਪੇਂਟ ਕਰਕੇ ਤੋਂ ਇਹਨੂੰ ਸਟੇਟ ਗੁਰਦੁਆਰਾ 1915 ਦੇ ਵਿੱਚ ਜਿਹੜਾ ਇਹਨੂੰ ਅਵਾਈਟ ਪੇਂਟ ਕਰ ਦਿੱਤਾ ਗਿਆ ਥੈਟਸ ਇਟ ਠੀਕ ਹੈ ਬਹੁਤ ਵਧੀਆ ਗੁਰਦੁਆਰਾ ਇਹ ਇਹ ਕਪੂਰਥਲਾ ਦਾ ਗੁਰਦੁਆਰਾ ਚਲੋ ਜੀ ਹੁਣ ਇਹ ਬਹੁਤ ਇੰਪੋਰਟੈਂਟ ਚੀਜ਼ ਬੜੀ ਬੜੀ ਇੱਥੇ ਮੈਂ ਕੁਐਸ਼ਨ ਵੀ ਕਰਵਾਇਆ ਕੰਜਲੀ ਵੈਟਲੈਂਡ ਕੰਜਲੀ ਵੈਟਲੈਂਡ ਹੈ ਜਿਹੜਾ ਕਪੂਰਥਲਾ ਦੇ ਵਿੱਚ ਪੈਂਦਾ ਹੈ ਬੇਈ ਰਿਵਰ ਬੇਈ ਰਿਵਰ ਜਿੱਥੇ ਜਿੱਥੇ ਗੁਰੂ ਨਾਨਕ ਦੇਵ ਜੀ ਨੂੰ ਜਿਹੜਾ ਗਿਆਨ ਪ੍ਰਾਪਤ ਹੋਇਆ ਸੀ ਬੇਈ ਰਿਵਰ ਦੇ ਵਿੱਚ ਤੋਂ ਬੇਈ ਰਿਵਰ ਦੇ ਵਿੱਚ ਬੇਈ ਰਿਵਰ 1870 ਦੇ ਵਿੱਚ ਇੱਥੇ ਇੱਕ ਹੈਡਵਰਕ ਤਿਆਰ ਕੀਤਾ ਜਾਂਦਾ ਜਿਹਦੇ ਕਰਕੇ ਪਾਣੀ ਇਕੱਠਾ ਇਕੱਠਾ ਹੁੰਦਾ ਜਿਹਦੇ ਕਰਕੇ ਆ ਇਰੀਗੇਸ਼ਨ ਪ੍ਰੋਵਾਈਡ ਕਰਵਾਨ ਲਈ ਆ ਜਿਹੜਾ ਹੈਡਵਰਕ ਤਿਆਰ ਕੀਤਾ ਜਾਂਦਾ ਜਿਹਦੇ ਕਰਕੇ ਇੱਥੇ ਵੈਟਲੈਂਡ ਏਰੀਆ ਜਿਹੜਾ ਡਿਵੈਲਪ ਹੋ ਜਾਂਦਾ ਹੈ ਤੋਂ ਇਹ 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 ਵੈਟਲੈਂਡ ਜਿਹੜਾ ਨੈਸ਼ਨਲ ਇੰਪੋਰਟੈਂਟ ਆ ਠੀਕ ਹੈ ਤੋਂ ਨੈਸ਼ਨਲੀ ਇੰਪੋਰਟੈਂਟ ਹੈ ਵੈਟਲੈਂਡ ਕਲੀਅਰ ਹਾਂਜੀ ਇੱਥੇ ਦਾ ਕਿਸੇ ਨੂੰ ਕੁਝ ਪੁੱਛਣਾ ਹੋਵੇ ਯੂ ਕੈਨ ਆਸਕ ਪਲੀਜ਼ ਇਹ ਦ ਨੈਕਸਟ ਲਈਏ ਕੰਜਲੀ ਵੈਟਲੈਂਡ ਇੱਥੇ ਤਾਂ ਕਿਸੇ ਨੂੰ ਕੁਝ ਪੁੱਛਣਾ ਹੋਵੇ ਤੁਸੀਂ ਪੁੱਛ ਸਕਦੇ ਹੋ ਨਹੀਂ ਤਾਂ ਆਪਾਂ ਨੈਕਸਟ ਚੱਲਦੇ ਆਂ ਠੀਕ ਹੈ ਕੰਜਲੀ ਵੈਟਲੈਂਡ ਮੈਂ ਬੜੀ ਬੜੀ ਇੱਕ ਚੀਜ਼ ਕਰਵਾ ਵੀ ਚੁੱਕਿਆ ਠੀਕ ਹੈ ਤਾਂ ਕਪੂਰਥਲੇ ਕੰਜਲੀ ਵੈਟਲੈਂਡ ਕਿਹੜੇ ਬੇਈ ਰਿਵਰ ਤੇ ਬੇਈ ਰਿਵਰ ਯਾਨੀ ਬਿਆਸ ਦੀ ਹੀ ਇੱਕ ਟ੍ਰਿਬਿਊਟਰੀ ਵੀ ਆ ਕਲੀਅਰ ਬਿਆਸ ਦੀ ਵੀ ਇੱਕ ਟ੍ਰਿਬਿਊਟਰੀ ਵੀ ਆ ਕੰਜੇ ਤਿੰਨ ਟੋਟਲ ਤਿੰਨ ਵੈਟਲੈਂਡ ਏਰੀਆ ਜਿਹੜੇ ਪੰਜਾਬ ਦੇ ਬਹੁਤ ਜ਼ਿਆਦਾ ਮਸ਼ਹੂਰ ਆ ਇੱਕ ਹਰੀਕੇ ਵੈਟਲੈਂਡ ਜਿਹੜਾ ਕਿ ਤਰਨਤਾਰਨ ਦੇ ਵਿੱਚ ਆ ਦੂਸਰਾ ਕੰਜਲੀ ਵੈਟਲੈਂਡ ਜਿਹੜਾ ਕਿ ਕਪੂਰਸਲਾ ਦੇ ਵਿੱਚ ਆ ਤੀਸਰਾ ਜਿਹੜਾ ਵੈਟਲੈਂਡ ਹੈਗਾ ਰੋਪੜ ਦਾ ਵੈਟਲੈਂਡ ਔਰ ਤਿੰਨੋਂ ਹੀ ਜਿਹੜੇ ਇੰਟਰਨੈਸ਼ਨਲ ਇੰਟਰਨੈਸ਼ਨਲ ਇੰਪੋਰਟੈਂਸ ਨਾਟ ਨੈਸ਼ਨਲ ਇੰਟਰਨੈਸ਼ਨਲ ਠੀਕ ਹੈ ਤਿੰਨੋਂ ਹੀ ਜਿਹੜੇ ਇੰਟਰਨੈਸ਼ਨਲੀ ਇੰਪੋਰਟੈਂਟ ਇੰਟਰਨੈਸ਼ਨਲੀ ਇੰਪੋਰਟੈਂਟ ਦਾ ਮਤਲਬ ਕੀ ਹੁੰਦਾ ਵਾਟ ਇਟ ਮੀਨਸ ਇੰਟਰਨੈਸ਼ਨਲੀ ਇੰਪੋਰਟੈਂਟ ਇਹਦਾ ਮਤਲਬ ਹੈ ਆ ਤਿੰਨੋਂ ਜਿਹੜ ਠੀਕ ਹੈ ਰਾਮਸਰ ਸਾਈਟ ਦਾ ਦਰਜਾ ਮਿਲ ਗਿਆ ਰਾਮਸਰ ਕਨਵੈਨਸ਼ਨ ਦੇ ਵਿੱਚ ਜਿਹਦੇ ਕਰਕੇ ਇੱਕੀ ਬਣ ਗਏ ਇੰਟਰਨੈਸ਼ਨਲੀ ਇੰਪੋਰਟੈਂਟ ਬਣ ਗਏ ਕਲੀਅਰ ਅੱਛਾ ਕਦੀ ਇਹ ਵੀ ਕੋਸ਼ਿਸ਼ ਪੁੱਛਿਆ ਜਾ ਸਕਦਾ ਹੈ ਕਿ ਇਹਨੂੰ ਰਾਮਸਰ ਸਾਈਟ ਦਾ ਦਰਜਾ ਕਦੋਂ ਮਿਲਿਆ ਤੋ ਇਹਨੂੰ 2002 ਦੇ ਵਿੱਚ ਰਾਮਸਰ ਸਾਈਟ ਦਾ ਦਰਜਾ ਮਿਲਿਆ ਠੀਕ ਹੈ 2002 ਦੇ ਵਿੱਚ ਇਹਨੂੰ ਰਾਮਸਰ ਸਾਈਟ ਦਾ ਦਰਜਾ ਪ੍ਰਾਪਤ ਹੁੰਦਾ ਹੈ ਕਲੀਅਰ ਠੀਕ ਹੈ ਤੋ ਇਹਦੇ ਵਿੱਚ ਇਹੀ ਚੀਜ਼ਾਂ ਇੰਪੋਰਟੈਂਟ ਹੈ ਦੈਟਸ ਇਟ ਆ ਜਿਹੜੇ 2-3 ਪੁਆਇੰਟ ਮੇਰੇ ਯਾਦ ਕਰ ਲਿਓ ਇੱਕ ਤੋਂ ਆਮਸਰ ਸਾਈਟ ਵਾਲਾ ਠੀਕ ਹੈ ਬੇਈ ਰਿਵਰ ਬੇਈ ਰਿਵਰ ਦੇ ਪਾਣੀ ਦੇ ਇਹ ਕੰਜਲੀ ਜਿਹੜਾ ਵੈਟਲੈਂਡ ਬਣਿਆ ਹੋਇਆ ਕਲੀਅਰ ਤੋਂ ਇਹ ਸੀਗਾ ਕੰਜਲੀ ਵੈਟਲੈਂਡ ਤਿੰਨ ਵੈਟਲੈਂਡ ਕਰਵਾਈ ਜਿਹਦੇ ਵਿੱਚੋਂ ਮੈਂ ਟਰਨ ਬਾਈ ਟਰਨ ਆ ਸਾਰੇ ਆਪਾਂ ਡਿਸਕਸ ਕਰਾਂਗੇ ਨੈਕਸਟ ਜਿਹੜੀ ਆਪਣੀ ਪਲੇਸ ਹੈਗੀ ਹੈ ਥੈਟ ਇਜ਼ ਐਲ ਆਈ ਸੀ ਪੈਲੇਸ ਐਲ ਆਈ ਸੀ ਪੈਲੇਸ ਤੋਂ ਜਿਹੜਾ ਕਿ 1962 ਦੇ ਵਿੱਚ ਯਾਨੀ ਆਜ਼ਾਦੀ ਤੋਂ ਬਾਅਦ ਇਹ ਜਿਹੜਾ ਪੈਲੇਸ ਹੈ ਜਿਹੜਾ ਬਣਾਇਆ ਗਿਆ ਠੀਕ ਹੈ ਇਹ ਪੈਲੇਸ ਜਿਹੜਾ ਇੰਡੋ ਫ੍ਰੈਂਚ ਮਾਡਲ ਤੇ ਬਣਾਇਆ ਗਿਆ ਤੋਂ ਮੇਨਲੀ ਆਪਾਂ ਨੂੰ ਕਪੂਰਥਲੇ ਦੇ ਵਿੱਚ ਦੇਖਣ ਨੂੰ ਇਹ ਮਿਲੇਗਾ ਕਾਫੀ ਸਾਰਾ ਜਿਹੜਾ ਆਰਕੀਟੈਕਚਰ ਹੈ ਉਹ ਫ੍ਰੈਂਚ ਬੇਸਡ ਆਰਕੀਟੈਕਚਰ ਹੈ ਜੇ ਆਪਾਂ ਉਹਦੇ ਪੈਲੇਸ ਦੀ ਗੱਲ ਕਰੀਏ ਉਹ ਫ੍ਰੈਂਚ ਬੇਸਡ ਆਰਕੀਟੈਕਚਰ ਹੈ ਠੀਕ ਹੈ ਜੇ ਆਪਾਂ ਮਸਕਿਊ ਦੀ ਗੱਲ ਕਰੀਏ ਉਹ ਜਿਹੜਾ ਫ੍ਰੈਂਚ ਬੇਸਡ ਆਰਕੀਟੈਕਚਰ ਸੀਗਾ ਹੁਣ ਆਈ ਦੀ ਆਪਾਂ ਐਲ ਆਈ ਸੀ ਪੈਲੇਸ ਦੀ ਗੱਲ ਕਰੀਏ ਗੁੱਡ ਗੁੱਡ ਈਵਨਿੰਗ ਜੀ ਵੈਰੀ ਗੁੱਡ ਈਵਨਿੰਗ ਠੀਕ ਹੈ ਤੋ ਜੇ ਆਪਾਂ ਇਹਦੀ ਗੱਲ ਕਰੀਏ ਐਲਆਈਸੀ ਪੈਲੇਸ ਦੀ ਤੋ ਇਹ ਫ੍ਰੈਂਚ ਬੇਸਡ ਆਰਕੀਟੈਕਚਰ ਹੈ ਕਲੀਅਰ ਤੋ ਇਹ ਵੀ ਕਦੀ ਕੁਐਸਚਨ ਆ ਸਕਦਾ ਹੈ ਠੀਕ ਹੈ ਇਹ ਵੀ ਕੁਐਸਚਨ ਕਦੀ ਆ ਸਕਦਾ ਹੈ ਕਿ ਆ ਪੈਲੇਸ ਕਿੱਥੇ ਹੈ ਐਲਆਈਸੀ ਪੈਲੇਸ ਅੱਜ ਦੇ ਟਾਈਮ ਦੇ ਵਿੱਚ ਆ ਗੱਲ ਕਰੀਏ ਸਕੂਲ ਬਣ ਗਿਆ ਹੋਇਆ ਐਮਜੀਐਨ ਸਕੂਲ ਤੋ ਨਾਓ ਇਟ ਹੈਜ਼ ਬੀਨ ਕਨਵਰਟਡ ਇਨਟੂ ਦਾ ਐਮਜੀਐਨ ਸਕੂਲ ਆ ਕੀ ਸੀਗਾ ਪੈਲੇਸ ਸੀਗਾ ਇਟ ਵਾਸ ਦਾ ਐਲਆਈਸੀ ਪੈਲੇਸ ਓਕੇ ਕਿਸ ਦੇ ਦੁਆਰਾ ਇੰਡੋ ਫ੍ਰੈਂਚ अच्छा कई वरी कई वरी ये क्वेश्चन आया कि ये किदे द्वारा बनाया गया तो कनवर विक्रम सिंह तो दिस वाज बिल्ट बाय कनवर विक्रम सिंह कनवर विक्रम सिंह ने इस पैलेस पैलेस नु बिल्ट करवाया सी क्लियर दो नाम हो गए याद एक महाराजा जगजीत सिंह दूसरा कनवर विक्रम सिंह जड़े की महाराजा रणजीत सिंह दे बेटा सीगा ठीक है कुंवर कुंवर कह दे ने पंजाबी च कुंवर विक्रम सिंह ठीक है ओदे द्वारा इस पैलेस नु बिल्ट करवाया गया सी अगली चीज जड़ी है कि देखो जगजीत ਜਿਹੜਾ ਪੈਲੇਸ ਹੈ ਉਹ ਵੱਖਰੀ ਚੀਜ਼ ਹੈ ਜਗਜੀਤ ਕਲੱਬ ਹੈ ਜਿਹੜਾ ਉਹ ਵੱਖਰੀ ਚੀਜ਼ ਹੈ ਜਗਜੀਤ ਕਲੱਬ ਵੱਖਰੀ ਚੀਜ਼ ਹੈ ਜਗਜੀਤ ਪੈਲੇਸ ਹੈ ਜਿਹੜਾ ਵੱਖਰੀ ਚੀਜ਼ ਹੈ ਕਲੀਅਰ ਓਕੇ ਤੋ ਜਗਜੀਤ ਕਲੱਬ ਹੈ ਜਿਹੜਾ ਇਹ ਵੀ ਇੱਕ ਕੰਸਟਰਕਟ ਕੀਤਾ ਗਿਆ ਸੀਗਾ ਠੀਕ ਹੈ ਔਰ ਇਹ ਦਾ ਜਿਹੜਾ ਡਿਜ਼ਾਈਨ ਹੈ ਜਿਹੜਾ ਐਥਨਸ ਯਾਨੀ ਗ੍ਰੀਸ ਗ੍ਰੀਸ ਬੇਸਡ ਇਹਦਾ ਜਿਹੜਾ ਡਿਜ਼ਾਈਨ ਹੈ ਗ੍ਰੀਸ ਐਥਨਸ ਬੇਸਡ ਜਿਹੜਾ ਡਿਜ਼ਾਈਨ ਸੀਗਾ ਠੀਕ ਹੈ ਤੋ ਕਈ ਵਾਰ ਇਹ ਵੀ ਕੁਸ਼ਨ ਪੁੱਛ ਲਿਆ ਜਿਹੜਾ ਜਗਜੀਤ ਕਲੱਬ ਹੈ ਜਿਹੜਾ ਉਹਦਾ ਡਿਜ਼ਾਈਨ ਕਿਹੜੇ ਬੇਸ ਸੀਗੇ ਇਟ ਇਟ ਵਾਸ ਦਾ ਇਟ ਵਾਸ ਬੇਸਡ ਓ ਠੀਕ ਹੈ ਐਥਨਸ ਜਿਹੜੀ ਕਿ ਗ੍ਰੀਸ ਦੀ ਕੀ ਹੈ ਕੈਪੀਟਲ ਐਥਨਸ ਠੀਕ ਹੈ ਠੀਕ ਹੈ ਔਰ ਜਿਹੜਾ ਕਹਿੰਦੇ ਜਿਹੜਾ ਅਸਲਾ ਬਾਰੂਦ ਜਿਹੜੀ ਰੱਖਣ ਦੀ ਜਗ੍ਹਾ ਉਹ ਮੰਨਿਆ ਜਾਂਦਾ ਕਿ ਆ ਜਗਜੀਤ ਕਲੱਬ ਦੇ ਵਿੱਚ ਜਿਹੜਾ ਇੱਕ ਮਤਲਬ ਆਰਮਸ ਨੂੰ ਲੈ ਕਰਕੇ ਜਿਹੜੀ ਆ ਇੱਥੇ ਸਟੋਰ ਵੀ ਕੀਤਾ ਜਾਂਦਾ ਸੀ ਠੀਕ ਹੈ ਰੱਖਿਆ ਜਾਂਦਾ ਸੀ ਕਿੰਨਾ ਸਹੀ ਕਿੰਨਾ ਗਲਤ ਉਹ ਤਾਂ ਮੈਨੂੰ ਪਤਾ ਨਹੀਂ ਮੇਰੇ ਸੁਣਨ ਦੇ ਵਿੱਚ ਆਇਆ ਤੁਹਾਨੂੰ ਮੈਂ ਦੱਸ ਦਿੱਤਾ ਨੈਕਸਟ ਆਪਾਂ ਗੱਲ ਕਰਦੇ ਸ਼ਾਲੀਮਾਰ ਗਾਰਡਨ ਸ਼ਾਲੀਮਾਰ ਗਾਰਡਨ ਤਾਂ ਕਪੂਰਥਲੇ ਦੀ ਆਨ ਤੇ ਸ਼ਾਨ ਆ ਠੀਕ ਹੈ ਕਪੂਰਥਲੇ ਦੀ ਆਨ ਤੇ ਸ਼ਾਨ ਹੈ ਔਰ ਕਪੂਰਥਲੇ ਦੇ ਸਿਟੀ ਦੇ ਬਿਲਕੁਲ ਸੈਂਟਰ ਦੇ ਵਿੱਚ ਜਾਨੀ ਜਿਹਨੂੰ ਆਪਾਂ ਕਹਿੰਦੇ ਹਾਰਟ ਆਫ ਦਾ ਸਿਟੀ ਬਿਲਕੁਲ ਸੈਂਟਰ ਤੇ ਵਿੱਚ ਇਹ ਮੌਜੂਦ ਆ ਠੀਕ ਹੈ ਬਿਲਕੁਲ ਸੈਂਟਰ ਦੇ ਵਿੱਚ ਇਹ ਮਜੂਰ ਹੈ ਮੌਜੂਦ ਹੈ ਔਰ ਜਿਹਨੂੰ ਆਪਾਂ ਕਹਿੰਦੇ ਹਾਰਟ ਆਫ ਦਾ ਸਿਟੀ ਤਾਂ ਕਪੂਰਥਲੇ ਦੇ ਵਿੱਚ ਕੀ ਹੈ ਸ਼ਾਲੀਮਾਰ ਗਾਰਡਨ ਔਰ ਸ਼ਾਲੀਮਾਰ ਗਾਰਡਨ ਆ ਕਾਫੀ ਜਿਆਦਾ ਫੇਮਸ ਗਾਰਡਨ ਹੈ ਕਾਫੀ ਸਾਰੇ ਪੇਪਰਾਂ ਦੇ ਵਿੱਚ ਇਹ ਪੁੱਛਿਆ ਵੀ ਜਾਂਦਾ ਸ਼ਾਲੀਮਾਰ ਗਾਰਡਨ ਜਿਹੜਾ ਕਿੱਥੋਂ ਦਾ ਜਿਹੜਾ ਇਹ ਹੈਗਾ ਵਨ ਆਫ ਦਾ ਫੋਲੋਇੰਗ ਇਜ਼ ਦਾ অপਸ਼ਨ ਹੁਣ ਆਪਾਂ ਗੱਲ ਕਰਦੇ ਆ ਆ ਜਿਹੜਾ ਗਾਰਡਨ ਹੈ ਰਾਇਲ ਫੈਮਿਲੀ ਦੇ ਦੁਆਰਾ ਬਣਾਇਆ ਗਿਆ ਇਹ ਤਾਂ ਆਪਾਂ ਨੂੰ ਪਤਾ ਹੀ ਹੈ ਠੀਕ ਹੈ ਤਾਂ ਇਹਦੇ ਵਿੱਚ ਵਿੱਚ ਜਿਹੜੇ ਚੈਂਬਰਸ ਬਣਾਏ ਹੋਏ ਆ ਉਹ ਰੈੱਡ ਸਟੋਨ ਦੇ ਬਣੇ ਸਨ ਜਿਹੜੇ ਚੈਂਬਰਸ ਸੀਗੇ ਉਹ ਕਦੇ ਸੀਗੇ ਰੈੱਡ ਸਟੋਨ ਦੇ ਠੀਕ ਹੈ ਆ ਤੁਹਾਨੂੰ ਫੋਟੋ ਥੋੜੀ ਜੀ ਮੈਂ ਕਲੀਅਰਲੀ ਦਿਖਾ ਦਿੰਨਾ ਤਾਂ ਆ ਜਿਹੜੀ ਇੱਕ ਵਿਊ ਹੈਗਾ ਸ਼ਾਲੀਮਾਰ ਗਾਰਡਨ ਦਾ ਠੀਕ ਹੈ ਟੂਰਿਸਟ ਸਪੌਟ ਹੈ ਬਹੁਤ ਸਾਰੇ ਟੂਰਿਸਟ ਜਿਹੜੇ ਸਪੈਸ਼ਲੀ ਸ਼ਾਲੀਮਾਰ ਗਾਰਡਨ ਦੇ ਵਿੱਚ ਆਉਂਦੇ ਨੇ ਕਲੀਅਰ ਸਪੈਸ਼ਲਿਸ ਛਾਲੀਮਰ ਗਾਰਡਨ ਦੇ ਵਿੱਚ ਬਹੁਤ ਸਾਰੇ ਟੂਰਿਸਟ ਆਏ ਦੀ ਬਿਊਟੀ ਦੇਖਣ ਲਈ ਜਿਹੜੇ ਆਉਂਦੇ ਨੇ ਅਗਲੇ ਤੇ ਚੱਲਦੇ ਆਂ ਕਪੂਰ ਜੀ ਆਪਾਂ ਬੜੀ ਬੜੀ ਸਟੂਡੈਂਟਸ ਮੈਨੂੰ ਕਹਿੰਦੇ ਸੀ ਸਰ ਘਰਾਨਿਆਂ ਬਾਰੇ ਕਰਾਓ ਘਰਾਨਾ ਮਤਲਬ ਕੀ ਹੁੰਦਾ ਘਰਾਨਾ ਦਾ ਮਤਲਬ ਹੁੰਦਾ ਜਿੱਦਾਂ ਇਹ ਮਹਾਰਾਜਾ ਸੀਗੇ ਠੀਕ ਹੈ ਇਹ ਮਹਾਰਾਜਾ ਸੀਗੇ ਇਹਨਾਂ ਨੇ ਕੀ ਕੀਤਾ ਆਪਣੇ ਪੈਲੇਸ ਦੇ ਵਿੱਚ ਜਾਨੀ ਆਪਣੀ ਜਗ੍ਹਾ ਤੇ ਜਿਹੜੇ ਜਿਹੜੇ ਕਵੀ ਹੈਗੇ ਆ ਉਹਨਾਂ ਨੂੰ ਬੁਲਾਇਆ ਠੀਕ ਹੈ ਪੀਪੀਐਸਸੀ ਚੇਅਰਮੈਨ ਬਾਰੇ ਕੁਝ ਦੱਸੋ ਓਕੇ ਜੀ ਦੱਸਦੇ ਆਂ 2 ਮਿੰਟ ਪਹਿਲਾਂ ਇਦੀ ਗੱਲ ਕਰ ਲਈਏ ਤਾਂ ਕਪੂਰਥਲਾ ਇੱਕ ਮੀਨ ਸੈਂਟਰ ਬਣ ਚੁੱਕਿਆ ਸੀਗਾ ਜਿਹਦੇ ਵਿੱਚ ਕਲਾਸਿਕਲ ਸਿੰਗਿੰਗ ਨੂੰ ਲੈ ਕਰਕੇ ਕਲਾਸਿਕਲ 뮤직 ਨੂੰ ਲੈ ਕਰਕੇ ਬਹੁਤ ਜ਼ਿਆਦਾ ਫੇਮਸ ਹੋ ਗਿਆ ਸੀ ਇਹਦਾ ਰੀਜ਼ਨ ਇੱਕ ਫੇਮਸ ਹੋਣ ਦਾ ਇਹ ਵੀ ਸੀਗਾ ਕਿ ਜਿਹੜੇ ਤਾਨਸਨ ਸੀਗੇ ਠੀਕ ਹੈ ਤਾਂ ਜਿਹੜੇ ਮੀਆਂ ਤਾਨਸਨ ਸੀਗੇ ਉਹਨਾਂ ਨੂੰ ਵੀ ਉਹਨਾਂ ਦਾ ਜਿਹੜਾ ਡੈਸੈਂਡ ਸੀਗਾ ਯਾਨੀ ਉਹਨਾਂ ਦਾ ਅੱਗੇ ਤਾਂ ਸੰਧ ਦੀ ਜਿਹੜੀ ਹੈ ਕਿ ਪੀੜੀ ਚੱਲਦੀ ਪਈ ਹੈ ਤਾਂ ਸੰਧ ਦੀ ਜਿਹੜੀ ਪੀੜੀ ਹੈ ਪੋਤਾ ਹੋਊਗਾ ਤੇ ਪੋਤੇ ਨੂੰ ਜਿਹੜਾ ਇਹ ਲੈ ਕਰਕੇ ਆਏ ਲੈ ਕਰਕੇ ਆਏ ਸੀਗੇ ਕਿ ਆਪਣੇ ਉੱਥੇ ਦਰਬਾਰ ਦੇ ਵਿੱਚ ਤਾਂ ਕਿ ਉਹ ਸਿੰਗਿੰਗ-ਸਿੰਗਿੰਗ ਕਰੇ ਠੀਕ ਹੈ ਮਤਲਬ ਆਹ ਮਿਊਜ਼ਿਕ ਨੂੰ ਜਿਹੜਾ ਪ੍ਰਮੋਟ ਕਰਨ ਲਈ ਕਲੀਅਰ ਤਾਂ ਇਸ ਕਰਕੇ ਇੰਡੀਅਨ ਕਲਾਸਿਕਲ ਮਿਊਜ਼ਿਕ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਬਹੁਤ ਵਾਰੀ ਇਹ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਆਹ ਕਪੂਰਥਲਾ ਦੇ ਵਿੱਚ ਠੀਕ ਹੈ ਸਪੈਸ਼ਲੀ ਕਿਹੜੇ ਜਿਹੜੇ ਪਰਸਨ ਆ ਜਿਹੜੇ ਕਿ ਇਹਨਾਂ ਨੂੰ ਰਾਇਲ ਰਾਇਲ ਪੈਟਰੋਨੇਜ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਕਲਾਸਿਕਲ 뮤직 ਦੇ ਬਹੁਤ ਜ਼ਿਆਦਾ ਲਵਰ ਸੀਗੇ ਠੀਕ ਹੈ ਕਲਾਸਿਕਲ 뮤직 ਦੇ ਲਵਰ ਸੀਗੇ ਜਿਨ੍ਹਾਂ ਨੇ ਬਿਕਰਮ ਸਿੰਘ ਐਕਸੀਗੇ ਬਿਕਰਮ ਸਿੰਘ ਜੀ ਤਾਂ ਕੋਵਰ ਬਿਕਰਮ ਸਿੰਘ ਤੇ ਰਾਜਾ ਦਲਜੀਤ ਸਿੰਘ ਸਰ ਦਲ ਦਲਜੀਤ ਸਿੰਘ ਤੇ ਬਿਕਰਮ ਸਿੰਘ ਹੁਣ ਦਲਜੀਤ ਤੁਸੀਂ ਸਿੰਗਰ ਦਾ ਤਾਂ ਪਤਾ ਹੀ ਹੈ ਹੈਨਾ ਦਲਜੀਤ ਜਿਹੜਾ ਉਹ ਵੀ ਉਹਨੂੰ ਵੀ ਬੜਾ ਸ਼ੌਂਕ ਹੈ ਸਿੰਗਿੰਗ ਦਾ ਤੇ ਇੱਥੇ 뮤직 ਦਲਜੀਤ ਨਾਲ ਉਹ 뮤직 ਜੋੜ ਲਿਓ ਸਿੰਗਰ ਨਾਲ ਠੀਕ ਹੈ ਆ ਟ੍ਰੈਡੀਸ਼ਨਲ ਜਿਹੜਾ ਇਹ ਜਦੋਂ ਆਪਣੀ ਪਹਿਲੀ ਜਿਹੜੀ ਵਾਰ ਹੋਈ ਸੀਗੀ ਜਿਹਨੂੰ ਆਪਾਂ ਫ੍ਰੀडम ਮੂਵਮੈਂਟ ਫਰਸਟ ਫ੍ਰੀडम ਮੂਵਮੈਂਟ ਕਹਿ ਦਿੰਨੇ ਆ ਉਹਦੇ ਬਾਅਦ ਤੋਂ ਜਿਹੜਾ ਇਹ ਕਲਾਸਿਕਲ 뮤직 ਦਾ ਜਿਹੜਾ ਦੌਰ ਹੈ ਇਹ ਕਪੂਰ ਥੱਲੇ ਦੇ ਵਿੱਚ ਚੱਲ ਗਿਆ ਸੀਗਾ ਯਾਨੀ 1858 ਤੋਂ ਬਾਅਦ ਹੀ ਆਪਾਂ ਗੱਲ ਕਰਦੇ ਹਾਂ ਠੀਕ ਹੈ ਉਹਦੇ ਤੋਂ ਬਾਅਦ ਆ ਟ੍ਰੈਡੀਸ਼ਨ ਚੱਲ ਪਿਆ ਸੀਗਾ ਚੱਲਿਆ ਕਦੋਂ ਜਦੋਂ ਮੀਆਂ ਤਾਨ ਸਿੰਘ ਦਾ ਜਿਹੜਾ ਡੈਸੈਂਟ ਹੈ ਯਾਨੀ ਉਹਦਾ ਪੋਤਾ ਜਿਹੜਾ ਉਹਨੂੰ ਕਪੂਰ ਥੱਲੇ ਲਿਆਂਦਾ ਗਿਆ ਠੀਕ ਹੈ ਲੈ ਕੇ ਕੌਣ ਆਇਆ ਕੁੰਵਰ ਵਿਕਰਮ ਸਿੰਘ ਕੁੰਵਰ ਵਿਕਰਮ ਸਿੰਘ ਆ ਜਿਹੜਾ ਉਹਨੂੰ ਲੈ ਕਰਕੇ ਆਇਆ ਸੀਗਾ ਕਲੀਅਰ ਕੁੰਵਰ ਵਿਕਰਮ ਸਿੰਘ ਆ ਜਿਹੜਾ ਠੀਕ ਹੈ ਉਹਨੂੰ ਲੈ ਕਰਕੇ ਆਇਆ ਸੀਗਾ ਕਲੀਅਰ ਸ਼ੁਰੂ ਉੱਥੋਂ ਹੀ ਹੋ ਗਿਆ ਹੋਇਆ ਕਿੱਥੋਂ ਦੀ 1858 ਤੋਂ ਠੀਕ ਹੈ ਅਕਰਾਨੇ ਦਾ ਹੁਣ ਇਹਦੇ ਵਿੱਚ ਤੁਸੀਂ ਦੇਖੋਗੇ ਕਿ ਆ ਕਾਫੀ ਤਗੜੇ ਤਗੜੇ ਮਿਊਜ਼ੀਸ਼ੀਅਨ ਜਿਵੇਂ ਕਿ ਭੀਮ ਸਿੰਘ ਜੋਸ਼ੀ ਹੋ ਗਿਆ ਠੀਕ ਹੈ ਇਹੋ ਜਿਹੇ ਜਿਹੜੇ ਪਰਸਨਸ ਨੇ ਉਹ ਵੀ ਇਹਦੇ ਵਿੱਚ ਜਿਹੜੇ ਪਾਰਟਿਸਿਪੇਟ ਕਰਦੇ ਰਹੇ ਨੇ ਆ ਮਿਊਜ਼ੀਕਲ ਫੈਸਟ ਦੇ ਵਿੱਚ ਪਾਰਟਿਸਿਪੇਟ ਕਰਦੇ ਰਹੇ ਨੇ ਕਲੀਅਰ ਓਕੇ ਤੋਂ ਕਈ ਵਾਰੀ ਕੁਐਸਚਨ ਇਹ ਪੁੱਛਿਆ ਜਾਂਦਾ ਹੈ ਕਿ ਹੂ ਵਾਸ ਦਾ ਫਾਊਂਡਰ ਆਫ ਦਾ ਕਪੂਰਥਲਾ ਟਰੈਡੀਸ਼ਨ ਹੂ ਵਾਸ ਦਾ ਫਾਊਂਡਰ ਆਫ ਦਾ ਕਪੂਰਥਲਾ ਟਰੈਡੀਸ਼ਨ ਤੋਂ ਕਈ ਵਾਰੀ ਇਹ ਕੁਐਸਚਨ ਪੁੱਛ ਲਿਆ ਜਾਂਦਾ ਹੈ ਤਾਂ ਆਨਸਰ ਹੈ 댓 ਇਜ਼ ਦਾ ਮੀਰ ਨਾਸਿਰ ਅਹਿਮਦ ਮੀਰ ਨਾਸਿਰ ਅਹਿਮਦ ਜਿਹੜਾ ਕਿ ਹੀ ਵਾਸ ਦਾ ਫਾਊਂਡਰ ਆਫ ਦਾ ਕਪੂਰਥਲਾ ਟਰਡੀਸ਼ਨ ਉਹਦੀ ਮਜ਼ਾਰ ਹੈ ਜਿਹੜੀ ਆ ਵੀ ਜਿਹੜੀ ਕਪੂਰਥਲੇ ਦੇ ਵਿੱਚ ਮੌਜੂਦ ਹੈ ਕਪੂਰਥਲੇ ਦਾ ਘਰਾਣਾ ਜਿਹੜਾ ਯਾਨੀ ਕਪੂਰਥਲਾ ਇੱਕ ਘਰਾਣਾ ਜਿਹੜਾ ਸਿੰਗਿੰਗ ਕਲਾਸਿਕਲ 뮤ਜ਼ਿਕਲ ਨੂੰ ਲੈ ਕੇ ਕਰਕੇ ਬੜਾ ਡੈਡੀਕੇਟਿਡ ਸੀਗਾ ਔਰ ਕਾਫੀ ਸਾਰੇ ਰਾਗ ਹੈ ਜਿਹੜੇ ਇੱਥੋਂ ਦੇ ਮਿਲੇ ਆ ਕਾਫੀ ਸਾਰੇ ਇੰਡੀਅਨ ਕਲਾਸਿਕਲ 뮤ਜ਼ਿਕ ਦੇ ਜਿਹੜੇ ਵੈਲ ਨੋਨ ਰਾਗ ਜਿਵੇਂ ਕਿ ਕਸੂਰੀ ਬੇਰਾਵੀ ਠੀਕ ਹੈ ਸਿੰਦੂਰਾ ਮਲਤਾਨੀ ਠੀਕ ਹੈ ਜੋਗਿਆ ਠੀਕ ਹੈ ਆਸਾ ਕਾਫੀ ਪਹਾੜੀ ਐਂਡ ਸੋਰਾ ਥਤੇ ਵਰਹਾਂਸ ਕਾਫੀ ਸਾਰੇ ਜਿਹੜੇ ਫੈਸਟੀਵਲ ਤਾਂ ਜਿਹੜੇ ਇੱਥੋਂ ਮਿਲਿਆ ਕੱਲ ਮੈਂ ਹਿਆਰਪੁਰ ਦੇ ਫੈਸਟੀਵਲ ਦੀ ਗੱਲ ਕੀਤੀ ਸੀ ਥੈਟ ਇਜ਼ ਦਾ ਹਰਵਲਬ ਫੈਸਟੀਵਲ ਆਫ 뮤직 ਜਿਹੜਾ ਕਿ ਜਲੰਧਰ ਦੇਵੀ ਤਲਾਬ ਦੇ ਵਿੱਚ ਲੱਗਦਾ ਹੈ ਹਰਵਲਬ ਫੈਸਟੀਵਲ 뮤직 ਜਿਹੜਾ ਕਿ ਤਕਰੀਬਨ 120 ਸਾਲ ਪੁਰਾਣਾ ਇਹ ਫੈਸਟੀਵਲ ਆ ਠੀਕ ਹੈ 120 ਸਾਲ ਇਹ ਪੁਰਾਣਾ ਫੈਸਟੀਵਲ ਹੈ ਤੋਂ ਇਹ ਦੇ ਵਿੱਚ ਜਿਹੜੇ ਲਿੰਕ ਹੈ ਕਪੂਰਥਲਾ ਤੋਂ ਹੀ ਨਿਕਲਦੇ ਆ ਕਲੀਅਰ ਤੋਂ ਸਪੈਸ਼ਲੀ ਆ ਜਿਹੜੇ ਇਸ ਇਸ ਫੈਸਟੀਵਲ ਦੇ ਵਿੱਚ ਕਾਫੀ ਸਾਰੇ ਪਰਸਨ ਜਿਹੜੇ ਪਾਰਟਿਸਿਪੇਟ ਕਰਦੇ ਨੇ ਔਰ ਕਪੂਰਥਲੇ ਦੇ ਵਿੱਚੋਂ ਕਾਫੀ ਪਰਸਨ ਜਿਹੜੇ ਇਸ ਮਤਲਬ ਇਸ ਫੈਸਟੀਵਲ ਨੂੰ ਰਿਪਰੈਜ਼ੈਂਟ ਵੀ ਕਰਦੇ ਨੇ ਅੱਗੇ ਆਪਾਂ ਚੱਲਦੇ ਹਾਂ ਹੁਣ ਆਪਾਂ ਗੱਲ ਕਰਦੇ ਹਾਂ ਫੇਅਰ ਤੇ ਫੈਸਟੀਵਲ ਫੇਅਰ ਕਿਹੜੇ ਕਿਹੜੇ ਕਿਹੜਾ ਮੇਲਾ ਇੱਥੇ ਕਿਹੜਾ ਲੱਗਦਾ ਤੋਂ ਇੱਥੇ ਬਸੰਤ ਆ ਜਿਹੜੀ ਉਹ ਬੜੇ ਵਧੀਆ ਢੰਗ ਨਾਲ ਮਨਾਈ ਜਾਂਦੀ ਹੈ ਯਾਨੀ ਇਥੋਂ ਦਾ ਮੇਨ ਜਿਹੜਾ ਮੇਲਾ ਜਿਵੇਂ ਬਾਕੀ ਜਗ੍ਹਾ ਹੁੰਦਾ ਨਾ ਕਿਹੀਆਂ ਜਗ੍ਹਾ ਜਿੱਦਾਂ ਹੋਲਾ ਮੁਹੱਲਾ ਹੋ ਗਿਆ ਐਨਾ ਕਿਈ ਜਗ੍ਹਾ ਕੋਈ ਕਿਈ ਜਗ੍ਹਾ ਦੀ ਦੀਵਾਲੀ ਮਸ਼ਹੂਰ ਆ ਕਿਸੇ ਦੀ ਜਿਹੜੀ ਲੋਹੜੀ ਮਸ਼ਹੂਰ ਆ ਜਿੱਦਾਂ ਅੰਮ੍ਰਿਤਸਰ ਦੀ ਤਾਂ ਪਤੰਗਾਂ ਕਰਕੇ ਲੋਹੜੀ ਮਰੀ ਮਸ਼ਹੂਰ ਆ ਉੱਥੇ ਜਿਹੜੀ ਪਤੰਗ ਉੱਡਦੀ ਆ ਲੋਹੜੀ ਦੇ ਜਿਹਾ ਜ਼ਿਆਦਾ ਉੱਡਦੀ ਆ ਠੀਕ ਹੈ ਆ ਰਹੇ ਆ ਮੈਂ ਉਹਨੂੰ ਹਿਸਟਰੀ ਚ ਕਵਰ ਕਰਾਂਗੇ ਕਪੂਰਥਲਾ ਦਾ ਨਾਮ ਹਿਸਟਰੀ ਚ ਕਵਰ ਕਰਾਂਗੇ ਠੀਕ ਹੈ ਉਹਦੇ ਤੇ ਆ ਰਹੇ ਠੀਕ ਹੈ ਤੋਂ ਕਪੂਰਥਲਾ ਇਸ ਦਾ ਲੈਂਡ ਆਫ ਫੈਸਟੀਵਲਸ ਇਹਦਾ ਮੇਨ ਜਿਹੜਾ ਫੈਸਟੀਵਲ ਆ ਜਿਹੜਾ ਬਸੰਤ ਪੰਚਮੀ ਆ ਕਿਉਂਕਿ ਮਹਾਰਾਜਾ ਇਸ ਦਿਨ ਜਿਹੜੇ yellow ਕੱਪੜੇ ਪਾ ਕੇ ਜਿਹੜੇ ਉਹਦੇ ਵਿੱਚ ਬਾਜ਼ਾਰ ਦੇ ਵਿੱਚ ਘੁੰਮਦੇ ਹੁੰਦੇ ਸੀ ਠੀਕ ਹੈ ਤਾਂ ਸ਼ਾਲੀਮਾਰ ਗਾਰਡਨ ਦੇ ਵਿੱਚ ਜਾਂਦੇ ਸੀ ਜਦੋਂ ਬਾਜ਼ਾਰ ਤੋਂ ਨਿਕਲਦੇ ਸੀ ਲੋਕਾਂ ਨੇ ਵੀ ਬਹੁਤ ਸਾਰੇ ਲੋਕਾਂ ਨੇ ਵੀ ਜਿਹੜੇ yellow ਕੱਪੜੇ ਪਾਏ ਹੁੰਦੇ ਸੀ ਪੀਪਲ ਆਲਸੋ ਆਰ ਡਰੈਸਡ ਇਨ ਦਾ yellow ਠੀਕ ਹੈ ਤੁਹਾ ਮਹਾਰਾਜਾਂ ਨੇ ਵੀ yellow ਕੱਪੜੇ ਪਾਈ ਹੁੰਦੇ ਸੀ ਬਸੰਤ ਨੂੰ ਪੀਪਲ ਲੋਕਾਂ ਨੇ ਵੀ ਇਹ yellow ਕੱਪੜੇ ਪਾਈ ਹੁੰਦੇ ਸੀਗੇ ਤੇ ਸ਼ਾਲੀਮਰ ਗਾਰਡਨ ਦੇ ਵਿੱਚ ਇਹ ਬਸੰਤ ਪੰਚਮੀ ਮਨਾਣ ਜਾਂਦੇ ਹੁੰਦੇ ਸੀ ਸ਼ਾਲੀਮਰ ਗਾਰਡਨ ਜਿਹੜਾ ਮੈਂ ਤੁਹਾਨੂੰ ਉਦੋਂ ਕਰਵਾਇਆ ਵੀ ਹੈ ਠੀਕ ਹੈ ਤਾਂ ਸ਼ਾਲੀਮਰ ਗਾਰਡਨ ਦੇ ਵਿੱਚ ਮਨਾਣ ਜਾਂਦੇ ਸੀਗੇ ਇਹਦੇ ਨਾਲ ਨਾਲ ਬੈਸਾਖੀ ਵੀ ਇੱਥੋਂ ਦੀ ਬਹੁਤ ਜ਼ਿਆਦਾ ਮਸ਼ਹੂਰ ਹੈ ਕਿਉਂਕਿ ਬਈ ਰਿਵਰ ਬਈ ਰਿਵਰ ਜਿਹੜੀ ਕਿ ਪਲੇਸ ਹੈਗੀ ਜਿੱਥੇ ਗੁਰੂ ਸਾਹਿਬਾਨ ਨੂੰ ਗਿਆਨ ਪ੍ਰਾਪਤ ਹੋਇਆ ਸੀਗਾ ਤੇ ਇਸ ਕਰਕੇ ਇੱਥੇ ਬੈਸਾਖੀ ਵੀ ਬਹੁਤ ਜ਼ਿਆਦਾ ਮਸ਼ਹੂਰ ਹੈ ਤਾਂ ਯਾਨੀ ਬਸੰਤ ਪੰਚਮੀ ਉਹ ਤਾਂ ਜਿਹੜੇ ਮ ਅਬ ਇਸਾਖੀ ਜਿਹੜੀ ਉਹ ਵੀ ਬਹੁਤ ਜ਼ਿਆਦਾ ਮਸ਼ਹੂਰ ਆ ਕਲੀਅਰ ਹੋਰ ਆਪਾਂ ਗੱਲ ਕਰੀਏ ਤਾਂ ਹੁਣ ਬਹੁਤ ਸਾਰੇ ਬੱਚੇ ਮੈਨੂੰ ਪੁੱਛਦੇ ਰਹਿੰਦੇ ਨੇ ਕਿ ਸਰ ਜਿਹੜਾ ਜਿਵੇਂ ਕਿ ਹੁਣੀ ਤੁਸੀਂ ਪੁੱਛਿਆ ਹੈ ਨਾ ਕਿ ਕਪੂਰਥਲੇ ਦੇ ਨਾਮ ਦੀ ਕਹਾਣੀ ਜਿਹੜੀ ਆ ਆਪਾਂ ਬਾਅਦ ਵਿੱਚ ਕਰਦੇ ਹਾਂ ਠੀਕ ਹੈ ਤਾਂ ਇਹਦੇ ਵਿੱਚ ਇੱਕ ਬਾਰ-ਬਾਰ ਤੁਹਾਨੂੰ ਨਾਮ ਦੇਖਣ ਨੂੰ ਮਿਲੇਗਾ ਦੈਟ ਇਜ਼ ਦਾ ਬਾਬਾ ਜੱਸਾ ਸਿੰਘ ਠੀਕ ਹੈ ਬਾਬਾ ਜੱਸਾ ਸਿੰਘ ਇਨੇ ਕਪੂਰਥਲਾ ਹੈਰੀਟੇਜ ਫੈਸਟੀਵਲ ਹੈ ਜਿਹੜਾ ਉਹ ਸਟਾਰਟ ਕੀਤਾ ਸੀ ਬਾਬਾ ਜੱਸਾ ਸਿੰਘ ਕਪੂਰਥਲਾ ਸੋਰੀ ਇਨੇ ਨੇ ਅਸੀਂ ਸਟਾਰਟ ਕੀਤਾ ਨਾਮ ਹੈ ਪੂਰਾ ਬਾਬਾ ਜੱਸਾ ਸਿੰਘ ਕਪੂਰਥਲਾ ਹੈਰੀਟੇਜ ਫੈਸਟੀਵਲ ਉਹ ਨਾਮ ਕਿਉਂ ਹੈ ਕਿਉਂਕਿ ਜੱਸਾ ਸਿੰਘ ਅਹਿਲੂਵਾਲੀਆ ਕਪੂਰਥਲੇ ਤੇ ਰਾਜ ਹੈ ਨਾ ਜਿਹੜਾ ਜੱਸਾ ਸਿੰਘ ਅਹਿਲੂਵਾਲੀਆ ਮਿਸਲ ਤੋਂ ਸ਼ੁਰੂ ਹੁੰਦਾ ਜੱਸਾ ਸਿੰਘ ਅਹਿਲੂਵਾਲੀਆ ਦੀ ਮਿਸਲ ਤੋਂ ਸ਼ੁਰੂ ਹੁੰਦਾ ਹੈ ਕਪੂਰਥਲੇ ਦਾ ਰਾਜ ਠੀਕ ਹੈ ਤਾਂ ਅੱਜ ਦੇ ਟਾਈਮ ਦੀ ਆਪਾਂ ਗੱਲ ਕਰੀਏ ਸਪੈਸ਼ਲ ਇੱਕ ਹੈਰੀਟੇਜ ਟਰਸਟ ਹੈ ਜਿਹੜਾ ਕਿ ਇੰਡੀਅਨ ਨੈਸ਼ਨਲ ਅ ਇੰਡੀਅਨ ਨੈਸ਼ਨਲ ਟਰਸਟ ਫੋਰ ਆਰਟ ਐਂਡ ਲਿਟਰੇਚਰ ਹੈਰੀਟੇਜ ਉਹਦੇ ਨਾਲ ਮਿਲ ਕਰਕੇ ਜਿਹੜਾ ਇਹ ਹੈਰੀਟੇਜ ਫੈਸਟੀਵਲ ਆ ਜਿਹੜਾ ਹਰ ਸਾਲ ਜਿਹੜਾ ਰਨ ਕੀਤਾ ਜਾਂਦਾ ਕਿੱਥੇ ਕਪੂਰਥਲਾ ਦੇ ਵਿੱਚ ਇਹਦੇ ਨਾਲ ਨਾਲ ਆਮ੍ਰitsar ਪਟਿਆਲਾ ਦੇ ਵਿੱਚ ਵੀ ਇਹ ਜਿਹੜਾ ਫੈਸਟੀਵਲ ਚੱਲਦਾ ਹੈ ਕਲੀਅਰ ਹੁਣ ਆਨੇ ਥੋੜਾ ਜਿਹਾ ਹਿਸਟਰੀ ਤੇ ਹੁਣ ਹਿਸਟਰੀ ਤੇ ਗੱਲ ਕਰਨੀ ਸ਼ੁਰੂ ਕਰਦੇ ਆ ਠੀਕ ਹੈ ਅੱਛੇ ਤੱਕ ਕਲੀਅਰ ਸੀਗਾ ਨੋ ਡਾਊਟ ఎవਰੀਥਿੰਗ ਓਕੇ ਹੁਣ ਹਿਸਟਰੀ ਤੇ ਗੱਲ ਕਰਨੀ ਸ਼ੁਰੂ ਕਰਦੇ ਆ ਕਪੂਰਥਲੇ ਦੀ ਜਦੋਂ ਗੱਲ ਆਏਗੀ ਨਾ ਉਦੋਂ ਹੀ ਅਹਿਲੂਵਾਲੀਆ ਮਿਸਲ ਦਾ ਨਾਮ ਆ ਜਾਊਗਾ ਠੀਕ ਹੈ ਹਿਸਟਰੀ ਜਿਹੜੀ ਹੈ ਕਪੂਰਥਲੇ ਦੀ ਉਹ ਸਾਰੀ ਦੀ ਸਾਰੀ ਲਿੰਕਡ ਹੈਗੀ ਹੈ ਅਹਿਲੂਵਾਲੀਆ ਮਿਸਲ ਨਾਲ ਜੱਸਾ ਸਿੰਘ ਅਹਿਲੂਵਾਲੀਆ ਜਿਹੜੇ ਕਿ ਅਹਿਲੂਵਾਲੀਆ ਮਿਸਲ ਦੇ ਫਾਊਂਡਰ ਸੀਗੇ ਔਰ ਇੱਕ ਹੋਰ ਗੱਲ ਦਾ ਸਮਾ ਮਹਾਰਾਜਾ ਰਣਜੀਤ ਸਿੰਘ ਨੇ ਬਾਕੀ ਸਾਰੀ ਜਿਹੜੀਆਂ ਚੀਜ਼ਾਂ ਜਿਹੜੀਆਂ ਜ਼ੋਰ ਦੇ ਦਮ ਤੇ ਜਿਹੜੀਆਂ ਜਿੱਤ ਲੀਆਂ ਸੀਗੀਆਂ ਬਟਾ ਕਪੂਰਥਲਾ ਜਿਹੜਾ ਇਹ ਇਹਨਾਂ ਨੇ ਆਪਣੇ ਫੇਵਰ ਦੇ ਵਿੱਚ ਲਿਆ ਸੀਗਾ ਪੱਗ ਵਟਾ ਕੇ ਠੀਕ ਹੈ ਪੱਗ ਵਟਾ ਕੇ ਜਿਹੜਾ ਆਪਣੇ ਫੇਵਰ ਦੇ ਵਿੱਚ ਇਹਨੂੰ ਲਿਆ ਸੀਗਾ ਠੀਕ ਹੈ ਉਹਦੇ ਤੇ ਵੀ ਆਪਾਂ ਗੱਲ ਕਰਾਂਗੇ ਤੋਂ ਹੁਣ ਆਪਾਂ ਗੱਲ ਕਰਦੇ ਆ ਜੱਸਾ ਸਿੰਘ ਅਹਿਲੂਵਾਲੀਆ ਜਿਹੜ ਜੱਸਾ ਸਿੰਘ ਜਿਹੜੇ ਕਿ ਫਾਊਂਡਰ ਸੀਗੇ ਅਹਲੂ ਵਾਲੀਆ ਮਿਸਲ ਦੇ ਉਹਨਾਂ ਦੀ ਉਹਨਾਂ ਦੇ ਵੰਸ਼ ਨੇ ਜਿਹੜਾ ਕਪੂਰਥਲਾ ਤੇ ਪੂਰਾ ਰਾਜ ਕੀਤਾ ਰਾਜ ਕੀਤਾ ਮਤਲਬ ਉਹਨਾਂ ਦੁਆਰਾ ਹੀ ਕਪੂਰਥਲਾ ਨੂੰ ਜਿਹੜਾ ਕੰਟਰੋਲ ਕੀਤਾ ਗਿਆ ਠੀਕ ਹੈ ਹੁਣ ਆਪਾਂ ਨੈਕਸਟ ਗੱਲ ਕਰਦੇ ਹਾਂ ਇਹਨਾਂ ਨੇ ਇੱਕ ਟਰੈਡੀਸ਼ਨ ਸ਼ੁਰੂ ਕੀਤਾ ਸੀ ਜਿਹਦਾ ਨਾਮ ਸੀ ਚਾਦਰ ਠੀਕ ਹੈ ਹੁਣ ਹੋਇਆ ਕੀ ਸੀਗਾ ਅਹਿਮਦ ਸ਼ਾਹ ਅਬਦਾਲੀ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਤੇ ਜਦੋਂ ਅਟੈਕ ਕੀਤਾ ਪੰਜਾਬ ਉਹ ਨੂੰ ਬਹੁਤ ਬਹੁਤ ਬੁਰੀ ਤਰ੍ਹਾਂ ਅਟੈਕ ਕੀਤਾ ਸੀਗਾ ਬਹੁਤ ਜ਼ਿਆਦਾ ਲੂਟ ਹੈ ਜਿਹੜੀ ਪੰਜਾਬ ਦੇ ਵਿੱਚ ਕੀਤੀ ਗਈ ਸੀ ਅਹਿਮਦ ਸ਼ਾਹ ਅਬਦਾਲੀ ਦੇ ਦੁਆਰਾ ਠੀਕ ਹੈ ਤਾਂ ਕਾਫੀ ਜ਼ਿਆਦਾ ਜਿਹੜਾ ਲੜਾਈਆਂ ਵੀ ਜਿਹੜੀਆਂ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਹੋਈਆਂ ਤਾਂ ਅਹਿਮਦ ਸ਼ਾਹ ਅਬਦਾਲੀ ਜਦੋਂ ਲੂਟ ਕਰਕੇ ਚੱਲ ਜਾਂਦਾ ਠੀਕ ਹੈ ਉਹਦੇ ਬਾਅਦ ਪੰਜਾਬ ਦੀ ਹਾਲਤ ਜਿਹੜੀ ਬਹੁਤ ਖਰਾਬ ਸੀਗੀ ਉਸ ਸਮੇਂ ਤੇ ਉਸ ਸਮੇਂ ਬਾਬਾ ਜਸਾ ਸਿੰਘ ਨੇ ਇੱਕ ਟਰੈਡੀਸ਼ਨ ਚਲਾਇਆ ਸੀਗਾ ਚਾਦਰ ਤਾਂ ਚਾਦਰ ਦਾ ਮਤਲਬ ਇੱਥੇ ਕੀ ਹੈ ਯਾਨੀ ਦਾਨ ਕਰਨਾ ਆਫਰਿੰਗਸ ਵਗੈਰਾ ਕਰਨੀਆਂ ਔਰ ਇਹਨਾਂ ਨੇ ਖੁਦ ਇਹਨਾਂ ਨੇ ਖੁਦ 9 ਲੱਖ ਰੁਪਇਆ ਤੇ ਲਿਖਿਆ ਵੀ ਹੋਊਗਾ ਕਿ ਇਹ ਆ ਲਿਖਿਆ ਜੀ ਇਥੇ ਕਿ ਇਹਨਾਂ ਨੇ ਖੁਦ 9 ਲੱਖ ਰੁਪਇਆ ਜਿਹੜਾ ਡੋਨੇਟ ਕੀਤਾ ਸੀਗਾ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਰੀਬਿਲਟ ਕਰਨ ਵਾਸਤੇ ਠੀਕ ਹੈ ਤਾਂ ਕਦੀ ਆ ਪੇਪਰ 'ਚ ਕੁਸ਼ਨ ਆ ਜੇ ਕਿ ਇੰਨਾ ਪੈਸਾ 9 ਲੱਖ ਰੁਪਇਆ ਕਿਹੜੇ ਕਿੰਨੇ ਦਿੱਤਾ ਸੀਗਾ ਤਾਂ ਇਹ ਖੁਦ ਬਾਬਾ ਜੱਸਾ ਸਿੰਘ ਨੇ 9 ਲੱਖ ਰੁਪਇਆ ਦਰਬਾਰ ਸਾਹਿਬ ਦੀ ਮੁਰੰਮਤ ਲਈ ਜਿਹੜਾ ਦਿੱਤਾ ਸੀਗਾ ਜਿਹੜੇ ਕਿ ਕਪੂਰਥਲੇ ਦੇ ਕਪੂਰਥਲੇ ਤੇ ਜਿਹੜੇ ਕੀ ਫਾਊਂਡਰ ਨਹੀਂ ਕਵਾਂਗੇ ਆਪਾਂ ਠੀਕ ਹੈ ਵੀ ਕੈਨਟ ਸੇ ਦਾ ਫਾਊਂਡਰ ਆਫ ਦਾ ਕਪੂਰਥਲਾ ਕਿਉਂਕਿ ਕਪੂਰਥਲਾ ਦੀ ਹਿਸਟਰੀ ਬਹੁਤ ਪੁਰਾਣੀ ਸੀਗੀ ਠੀਕ ਹੈ ਇਹਦੀ ਹਿਸਟਰੀ ਉਦੋਂ ਚੱਲਦੀ ਹੈ ਜਦੋਂ ਅ ਕੀ ਕਹਿੰਦੇ ਆ ਗਜਨੀ ਜਦੋਂ ਅਟੈਕ ਕਰਦੇ ਆ ਠੀਕ ਹੈ ਉਦੋਂ ਤੋਂ ਇਹਦੀ ਹਿਸਟਰੀ ਚੱਲਦੀ ਹੈ ਠੀਕ ਹੈ ਤਾਂ ਬੇਸਿਕ ਆਪਾਂ ਪੁਆਇੰਟਾਂ ਦੀ ਗੱਲ ਕਰਾਂਗੇ ਜਿਹੜੇ ਕੀ ਐਗਜ਼ਾਮਸ ਆਉਣਗੇ ਥੋੜਾ ਜਿਹਾ ਹਿਸਟਰੀ ਦੇ ਵਿੱਚ ਥੋੜਾ ਜਿਹਾ ਆਪਾਂ ਅ ਥੋੜੀ ਗਹਿਰਾਈ ਦੇ ਵਿੱਚ ਚੱਲਦੇ ਹਾਂ ਹੁਣ ਠੀਕ ਹੈ ਜਿਵੇਂ ਕਿ ਤੁਹਾਨੂੰ ਦੱਸਿਆ ਮੈਂ ਅਹਿਲੂਵਾਲੀਆ ਮਿਸਲ ਹੁਣ ਹੋਇਆ ਕੀ ਸੀਗਾ ਅਹਿਲੂ ਵਾਲੀਆ ਮਿਸਲ ਯਾਨੀ ਆ ਜੱਸਾ ਸਿੰਘ ਅਹਿਲੂ ਵਾਲੀਆ ਦੇ ਜਿਹੜੇ ਪੂਰਵਜ ਸੀਗੇ ਠੀਕ ਹੈ ਉਹਨਾਂ ਦੇ ਜਿਹੜੇ ਦਾਦੇ ਪਰਦਾਦੇ ਉਹਨਾਂ ਦਾ ਇੱਕ ਦਾ ਨਾਮ ਸੀਗਾ ਸਾਦੋ ਸਿੰਘ S A D H O ਸੀਗਾ ਠੀਕ ਹੈ ਸਾਦੋ ਸਿੰਘ ਸਾਦੋ ਸਿੰਘ ਜਿਹੜੇ ਆ ਉਹ ਰਹਿੰਦੇ ਸੀ ਅ ਪਿੰਡ ਦਾ ਨਾਮ ਸੀਗਾ ਲਾਹੌਰ ਦੇ ਵਿੱਚ ਆਲੂ ਠੀਕ ਹੈ ਆਲੂ ਪਿੰਡ ਸੀ ਜਿਹਦੇ ਕਰਕੇ ਜੱਸਾ ਸਿੰਘ ਅਹਿਲੂ ਵਾਲੀਆ ਉਹਨਾਂ ਦੇ ਪਿੰਡ ਦਾ ਨਾਮ ਸੀ ਆਲੂ ਜਿਹੜਾ ਕੀ ਕਿੱਥੋਂ ਦਾ ਸੀ ਲਾਹੌਰ ਦਾ ਠੀਕ ਹੈ ਲਾਹੌਰ ਦੇ ਵਿੱਚ ਇੱਕ ਪਿੰਡ ਸੀਗਾ ਆਲੂ ਉੱਥੋਂ ਦੀ ਆਏ ਸੀਗੇ ਇਹਨਾਂ ਦੇ ਦਾਦੇ ਪਰਦਾਦੇ ਜਿਹੜਾ ਯਾਨੀ ਸਾਧੋ ਸਿੰਘ ਤੋਂ ਜਿਹੜੇ ਸਾਧੋ ਸਿੰਘ ਸੀਗੇ ਉਹ ਜਿਹੜੇ ਬਾਬਾ ਜੱਸਾ ਸਿੰਘ ਦੇ ਜਿਹੜੇ ਅਨਸੈਸਟਰਸ ਸੀਗੇ ਉਹਦੇ ਬਾਅਦ ਜਿਹੜੀ ਮਿਸਲ ਹੈ ਅਹਲੂ ਵਾਲੀਆ ਮਿਸਲ ਹੈ ਜਿਹੜੀ ਇਹਨਾਂ ਦੁਆਰਾ ਜਿਹੜੀ ਫਾਊਂਡ ਕੀਤੀ ਜਾਂਦੀ ਹੈ ਔਰ ਇਹ ਇੱਥੇ ਜਿਹੜਾ ਗੱਲ ਕਰੀਏ ਰਾਜ ਦੀ ਤੋਂ ਮਹਾਰਾਜਾ ਰਣਜੀਤ ਸਿੰਘ ਆਏ ਤੋਂ ਬਿਨਾਂ ਕਿਸੇ ਰੁਕਾਵਟ ਦੇ ਰਾਜ ਹੈ ਜਿਹੜਾ ਇਹਨਾਂ ਦਾ ਚੱਲਦਾ ਰਿਹਾ ਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਆਏ ਤੋਂ ਲੜਾਈ ਕਰਨਾ ਨਾਉ ਨਲੀ ਨਾ ਸੋਖਾ ਸੀਗਾ ਨਾ ਇਹ ਲਾਲੀ ਨਾ ਸੋਖਾ ਸੀਗਾ ਤੋਂ ਜਿਹੜਾ ਵਿਚ ਦਾ ਜਿਹੜਾ ਰਸਤਾ ਸੀਗਾ ਠੀਕ ਹੈ ਉਹ ਕੋਈ ਕੀ ਸੀਗਾ ਕੀ ਉਦੋਂ ਜਿਹੜੇ ਚੀਫ ਸੀਗੇ ਥੈਟ ਵਾਸ ਫਤੇ ਸਿੰਘ ਅਹਲੂ ਵਾਲੀਆ ਉਸ ਸਮੇਂ ਜਿਹੜਾ ਰਾਜ ਸੀਗਾ ਨਾ ਉਹ ਸੀਗਾ ਫਤੇ ਸਿੰਘ ਅਹਲੂ ਵਾਲੀਆ ਜਿਹੜੇ ਮਿਸਲ ਅੱਗੇ ਚੱਲਦੀ ਪਈ ਸੀ ਤੋਂ ਜੱਸਾ ਸਿੰਘ ਦੇ ਜਿਹੜੇ ਬੇਟੇ ਸੀ ਫਤੇ ਸਿੰਘ ਅਹਲੂ ਵਾਲੀਆ ਤੋਂ ਫਤੇ ਸਿੰਘ ਅਹਲੂ ਅਹਲੂ ਵਾਲੀਆ ਦੇ ਨਾਲ ਜਿਹੜੀ ਪੱਗ ਵਟਾ ਕੇ ਆਹ ਜਿਹੜੀ ਸੰਧੀ ਹੈ ਜਿਹੜੀ ਕੀਤੀ ਗਈ ਸੀ ਸੰਧੀ ਕੀ ਮਤਲਬ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜਾ ਮਤਲਬ ਮਹਾਰਾਜਾ ਦਾ ਜਿਹੜਾ ਟਾਈਟਲ ਆ ਉਹਨਾਂ ਨੇ ਆ ਆਪਣਾ ਗੇਨ ਕਰ ਲਿਆ ਸੀਗਾ ਠੀਕ ਹੈ ਤਾਂ ਸੰਧੀ ਜਿਹੜੀ 1802 ਦੇ ਵਿੱਚ ਇਹ ਕੀਤੀ ਗਈ ਸੀ ਇੱਥੇ ਲਿਖਿਆ ਨਹੀਂ ਹੋਊਗਾ ਪਰ ਮੈਂ ਤੁਹਾਨੂੰ ਦੱਸ ਦਿੰਦਾ ਕਲੀਅਰ ਤਾਂ A1 ਜਦੋਂ ਜਦੋਂ ਟ੍ਰੀਟੀ ਅੰਬਰਸਾ ਦੀ ਜਿਹੜੀ ਟ੍ਰੀਟੀ ਹੋਈ ਆ ਉਹਦੇ ਵਿੱਚ ਵੀ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਟ੍ਰੀਟੀ ਮੰਨੀ ਜਾਂਦੀ ਹੈ ਅੰਗਰੇਜ਼ਾਂ ਨਾਲ ਹੋਈ ਸੀ 1809 ਦੇ ਵਿੱਚ ਉਹਦੇ ਵਿੱਚ ਉਹਦੇ ਵਿੱਚ ਵੀ ਜਿਹੜੀ ਅਹਿਲੂ ਵਾਲੀਆ ਮਿਸਲ ਦੀ ਜਾਨੀ ਆ ਫਤਿਹ ਸਿੰਘ ਅਹਿਲੂ ਵਾਲੀਆ ਮੌਜੂਦ ਸੀਗੇ ਗੱਲ ਕਰੀਏ ਕਿ ਉਹਨਾਂ ਦੀ ਵਿਚਾਰ ਰਾਮਰਸ਼ ਦੇ ਨਾਲ ਹੀ ਜਿਹੜੀ ਪੱਗ ਪੱਗ ਵਧਾ ਨਹੀਂ ਵਟਾ ਆਪਣੀ ਪੱਗ ਹੁੰਦੇ ਸਿਰ ਤੇ ਰੱਖਤੀ ਉਹਦੀ ਪੱਗ ਜਿਹੜੀ ਆਪਣੀ ਸਿਰ ਤੇ ਰੱਖ ਲਈ ਆਪਾਂ ਭਾਈ ਭਾਈ ਹੋਗੇ ਆਪਾਂ ਦੋਵੇਂ ਭਰਾ ਹੋਗੇ ਵੀਰ ਹੋਗੇ ਠੀਕ ਹੈ ਪੱਗ ਵਧਾ ਨਹੀਂ ਵਟਾ ਵਟਾ ਮਤਲਬ ਐਕਸਚੇਂਜ ਠੀਕ ਹੈ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਪੱਗ ਜਿਹੜੀ ਉਹਨਾਂ ਨੂੰ ਦੇਤੀ ਉਹਨਾਂ ਦੀ ਪੱਗ ਆਪਣੇ ਸਿਰ ਤੇ ਰੱਖ ਲਈ ਤਾਂ ਜਦੋਂ ਕਹਿੰਦੇ ਜਿੱਥੇ ਪੱਗ ਪੱਗਾਂ ਵਟਾਈਆਂ ਜਾਂਦੀਆਂ ਨੇ ਉੱਥੇ ਪਿਆਰ ਜਿਹੜਾ ਵੱਧ ਜਾਂਦਾ ਹੈ ਠੀਕ ਹੈ ਤਾਂ a² ਕੇ ਪੱਗ ਵਟਾਇਆ ਠੀਕ ਹੈ ਪੱਗ ਵਾਧਾ ਲਿਖ ਦਿੱਤਾ ਵਾਧਾ ਨਹੀਂ ਵਟਾਇਆ ਕਲੀਅਰ ਓਕੇ ਤੇ ਇਹ ਸਾਰੀ ਕਹਾਣੀ ਸੀ ਤੇ ਜਿਹਦੇ ਚ ਤੁਹਾਨੂੰ ਮੈਂ ਟ੍ਰੀਟੀ ਬਾਰੇ ਵੀ ਗੱਲ ਦੱਸੀ ਹੈ ਓਕੇ 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 ਚਲੋ ਠੀਕ ਹੈ ਤਾਂ ਆ 1809 ਦੀ ਆ ਦੇਖੋ ਜੀ ਲਿਖਿਆ 1802 ਦੇ ਵਿੱਚ ਜਿਹੜੀ ਪੱਗ ਜਿਹੜੀ ਵਟਾਈ ਸੀਗੀ ਐਕਸਚੇਂਜ ਆਫ ਦਾ ਟਰਬਨਸ ਠੀਕ ਹੈ ਐਕਸਚੇਂਜ ਆਫ ਟਰਬਨਸ 1802 ਦੇ ਵਿੱਚ ਉਹ ਇਹ ਵਾਰ 1809 ਦੇ ਵਿੱਚ ਜਿਹੜੀ ਸੰਧੀ ਹੋਈ ਸੀ ਅੰਗਰੇਜ਼ਾਂ ਦੇ ਨਾਲ ਥੈਟ ਇਜ਼ ਆ ਟ੍ਰੀਟੀ ਆਫ ਅਮ੍ਰਿਤਸਰ ਉਹਦੇ ਵਿੱਚ ਇਸ ਟ੍ਰੀਟੀ ਦੇ ਵਿੱਚ ਜਿਹੜੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਨਾਲ ਇਹ ਜਿਹੜੇ ਫਤੇ ਸਿੰਘ ਅਹਲੂ ਵਾਲੀਏ ਜਿਹੜੇ ਹੈਗੇ ਨੇ ਅਹਲੂ ਵਾਲੀਏ ਚੀਫ ਉਸ ਸਮੇਂ ਇਹ ਵੀ ਉਹਦੇ ਵਿੱਚ ਭਾਗੀਦਾਰ ਸੀਗੇ ਕਲੀਅਰ ਓਕੇ ਚਲੋ ਅ ਨੈਕਸਟ ਚੱਲਦੇ ਆ ਤਾਂ ਪਟਿਆਲੇ ਦੇ ਮਹਾਰਾਜਾ ਦਾ ਬਹੁਤ ਹੀ ਗੂੜਾ ਰਿਸ਼ਤਾ ਰਿਹਾ ਕਪੂਰਥਲਾ ਦੇ ਮਹਾਰਾਜੇ ਦੇ ਨਾਲ ਕਿਉਂਕਿ ਜਦੋਂ ਪੈਪਸੂ ਦੀ ਜਦੋਂ ਫਾਰਮੇਸ਼ਨ ਹੁੰਦੀ ਆ ਉਹਦੋਂ ਵੀ ਆਪਾਂ ਨੂੰ ਦੇਖਣ ਨੂੰ ਮਿਲਦਾ ਜਿਹੜੀ ਉਪ ਰਾਜ ਪ੍ਰਮੁੱਖ ਦੀ ਜਾਨੀ ਡਿਪਟੀ ਗਵਰਨਰ ਦੀ ਗੱਦੀ ਆ ਉਹਦੋਂ ਵੀ ਇਹ ਕਪੂਰਥਲਾ ਦੇ ਮਹਾਰਾਜੇ ਜਾਨੀ ਮਹਾਰਾਜਾ ਜਗਜੀਤ ਸਿੰਘ ਨੂੰ ਮਿਲਦੀ ਆ ਕਲੀਅਰ ਹੁਣ ਆਪਾਂ ਗੱਲ ਕਰਦੇ ਆ ਐਂਗਲੋ ਸਿੱਖਵਾਰ ਨਾਲ ਕੀ ਲਿੰਕ ਸੀਗਾ ਐਂਗਲੋ ਸਿੱਖਵਾਰ ਨਾਲ ਕੀ ਲਿੰਕ ਸੀਗਾ ਇਹਦੀ ਗੱਲ ਕਰਦੇ ਆ ਕਪੂਰਸਲਾ ਦੇ ਕਪੂਰਥਲਾ ਦੇ ਜਿਹੜੇ ਟ੍ਰੂਪਸ ਸੀਗੇ ਜਿਹੜੇ ਸਪਾਈ ਸੀਗੇ ਉਹਨਾਂ ਨੇ ਅੰਗਰੇਜ਼ਾਂ ਖਿਲਾਫ ਪਹਿਲੀ ਐਂਗਲੋ ਸਿੱਖ ਵਾਰ ਯਾਨੀ ਕਿ 1845 ਛੜੀ ਵਾਲੀ ਜਿਹੜੀ ਸਿੱਖ ਵਾਰ ਸੀਗੀ ਠੀਕ ਹੈ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਸੀਗਾ ਕਿਹੜੀ ਜਗ੍ਹਾ ਤੇ ਬੱਦੋਵਾਲ ਕਿਉਂ ਕਿ ਫਗਵਾੜਾ ਜਗ੍ਹਾ ਹੈ ਫਗਵਾੜੇ ਦੇ ਲਾਗੇ ਲੁਧਿਆਣਾ ਹੈ ਤੇ ਇੱਥੇ ਜਿਹੜੇ ਟਰੂਪ ਸੀਗੇ ਕਪੂਰਥਲਾ ਦੇ ਉਹਨਾਂ ਨੇ ਬੱਦੋਵਾਲ ਬੱਦੋਵਾਲ ਯਾਨੀ ਲੁਧਿਆਣੇ ਦੇ ਇਲਾਕੇ ਦਾ ਲਾਗੇ ਦਾ ਇਲਾਕਾ ਅਲੀਵਾਲ ਵਿਓ ਦੇ ਲਾਗੇ ਦਾ ਹੀ ਹੈ ਠੀਕ ਹੈ ਤੇ ਇਹ ਜਿਹੜੇ ਕਪੂਰਥਲਾ ਦੇ ਟਰੂਪਸ ਨੇ ਇਹਨਾਂ ਨੇ ਦੋਵੇਂ ਲੜਾਈਆਂ ਦੇ ਵਿੱਚ ਜਿਹੜਾ ਪਾਰਟਿਸਿਪੇਟ ਕੀਤਾ ਸੀਗਾ ਬਹੁਤ ਵਾਰੀ ਇਹ ਕੋਸ਼ਨ ਜਿਹੜਾ ਪੁੱਛਿਆ ਜਾਂਦਾ ਠੀਕ ਹੈ ਕਿਨੇ ਕਿਨੇ ਪਾਰਟਿਸਪੇਟ ਕੀਤਾ ਉਹ ਇਲਾਕੇ ਦੇ ਲੋਕੀ ਦਾ ਕਰਨਗੇ ਕਰਨਗੇ ਠੀਕ ਹੈ ਵੱਦੋਵਾਲ ਵਗੈਰਾ ਦੇ ਜਾਂ ਠੀਕ ਹੈ ਪਰ ਇਹਦੇ ਵਿੱਚ ਜਿਹੜੇ ਦੁਆਬੇ ਦੇ ਜਿਹੜੇ ਆ ਪਰਸਨਸ ਉਹਨਾਂ ਨੇ ਵੀ ਕੀਤਾ ਸੀਗਾ ਅੱਛਾ ਸੋਰੀ ਸਰ ਪੰਜਾਬੀ ਨਹੀਂ ਆਤੀ ਅੱਛਾ ਵਾਹ ਜੀ ਵਾਹ ਠੀਕ ਹੈ ਓਕੇ ਪਹਿਲਾਂ ਆਪਾਂ ਐਂਗਲੋ ਸਿਕਵਾਰ ਦੀ ਗੱਲ ਕੀਤੀ ਸੀ ਠੀਕ ਹੈ ਹੁਣ ਆਪਾਂ ਥੋੜੀ ਜੀ ਗੱਲ ਜਿਹੜੀ ਪਿੱਛੇ ਇੱਕ ਹੋਰ ਕਰਨੀ ਆ ਜਦੋਂ ਸਪਾਈ ਮਿਊਟੀ ਨਹੀਂ ਹੁੰਦੀ ਆ ਯਾਨੀ ਉਹ 1857 ਵਾਲਾ ਜਿਹੜਾ ਫਰਸਟ ਫਰੀडम ਮੂਵਮੈਂਟ ਜਿਹਨੂੰ ਕਿਹਾ ਜਾਂਦਾ ਠੀਕ ਆ ਉਹ ਮੰਗਲ ਪਾਂਡੇ ਵਾਲੀ ਲੜਾਈ ਠੀਕ ਆ ਤਾਂ ਮੰਗਲ ਪਾਂਡੇ ਵਾਲੀ ਲੜਾਈ ਦੇ ਟਾਈਮ ਤੇ ਜਿਹੜੇ ਰਾਜਾ ਸੀ ਉਹ ਸੀਗਾ ਰਾਜਾ ਰਣਜੀਤ ਸਿੰਘ ਐਟ दैट ਟਾਈਮ ਦਾ ਰਾਜਾ ਵਾਸਦਾ ਰਾਜਾ ਰਣਜੀਤ ਸਿੰਘ ਉਹ ਰਣਧੀਰ ਸਿੰਘ ਠੀਕ ਹੈ ਰਾਜਾ ਰਣਧੀਰ ਸਿੰਘ ਕਲੀਅਰ ਤੇ ਇਹਨਾਂ ਜਿਹੜਾ ਵੱਡਾ ਮੁੰਡਾ ਸੀਗਾ ਉਹਦਾ ਨਾਮ ਸੀਗਾ ਨਿਹਾਲ ਸਿੰਘ ਤੇ ਉਸ ਟਾਈਮ ਤੇ ਕਾਫੀ ਜਲਾ ਜਿਹੜਾ ਇਹਨਾਂ ਦਾ ਜਿਹੜਾ ਇਸ ਮਿਊਟਰੀ ਦੇ ਵਿੱਚ ਕਾਫੀ ਜਗਾ ਜਗਾ ਜਿਹੜੀ ਇਹ ਲੋਕਾਂ ਦੇ ਵਿੱਚ ਆਪਣੀ ਕਾਫੀ ਜਗਾ ਇਹਨਾਂ ਨੇ ਬਣਾਈ ਸੀਗੀ ਇਹਦੇ ਨਾਲ ਨਾਲ ਆਪਾਂ ਗੱਲ ਕਰੀਏ ਇਹਨਾਂ ਦੇ ਜਿਹੜੇ ਵੱਡੇ ਵੱਡਾ ਮੁੰਡਾ ਖੜਕ ਸਿੰਘ ਉਹਦੇ ਬਾਅਦ ਗੱਦੀ ਕਿੱਥੋਂ ਗਈ ਖੜਕ ਸਿੰਘ ਕੋਲ ਗਈ ਖੜਕ ਸਿੰਘ ਜਿਹੜਾ ਛੋਟੀ ਹੀ ਉਮਰ ਦੇ ਵਿੱਚ ਮਰ ਗਿਆ ਤੋਂ ਖੜਕ ਸਿੰਘ ਤੋਂ ਬਾਅਦ ਜਿਹੜਾ ਖੜਕ ਸਿੰਘ ਦਾ ਬੇਟਾ ਸੀ ਉਹ ਸਿਰਫ 5 ਸਾਲ ਦਾ ਸੀਗਾ ਜਿਹਦਾ ਨਾਮ ਕੀ ਹੈ ਜਗਜੀਤ ਸਿੰਘ ਤੋਂ 5 ਇਅਰ 올ਡ ਠੀਕ ਹੈ 5 ਇਅਰ 올ਡ ਜਗਜੀਤ ਸਿੰਘ ਤੋ ਇਹਦਾ ਲਿੰਕ ਸਿਰਫ ਇੰਨਾ ਕੀ ਆ ਕਿ ਜਦੋਂ ਸਪਾਈ ਮਿਊਟਿਨੀ ਨਹੀਂ ਹੋਈ ਸੀਗੀ ਉਸ ਸਮੇ ਰੰਦੀਰ ਸਿੰਘ ਉਸ ਸਮੇ ਰਾਜਾ ਸੀ ਠੀਕ ਹੈ ਉਸ ਸਮੇ ਰੰਦੀਰ ਜਿਹੜੇ ਇਹ ਰਾਜਾ ਸਨ ਥੈਟਸ ਇਟ ਠੀਕ ਹੈ ਤੋ ਬਹਿਰ ਮੈਂ ਤੁਹਾਨੂੰ ਕਿਹਾ ਕਿ ਇਹਨਾਂ ਨੇ ਜਿਹੜੀ ਲੋਕਾਂ ਦੀ ਵਾਹ ਵਾ ਬੜੀ ਲੁੱਟੀ ਸੀਗੀ ਕਿਉਂ ਲੁੱਟੀ ਸੀਗੀ ਕਿ ਜਿਹੜੀ ਜਿਹੜੀ ਸਪਾਈ ਮਿਊਟਿਨੀ ਸੀਗੀ ਉਹਨੂੰ ਇਹਨਾਂ ਨੇ ਆਪਣਾ ਜਿਹੜਾ ਸਮਰਥ ਦਿੱਤਾ ਸੀਗਾ ਆਪਣੇ ਜਿਹੜੇ ਟ੍ਰੂਪਸ ਹੈ ਇਸ ਮਿਊਟਿਨਿੰ ਲਈ ਭੇਜੇ ਸੀਗੇ ਇਸ ਕਰਕੇ ਜਿਹੜੀ ਇਹਨਾਂ ਦੀ ਵਾਹ ਵਾਹ ਹੋਈ ਸੀ ਕਲੀਅਰ ਆ ਦੋ ਪੁਆਇੰਟ ਸੀਗੇ ਹੁਣ ਉਹਦੇ ਬਾਅਦ ਆ ਛੋਟੀ ਜੀ ਉਮਰ ਦੇ ਵਿੱਚ ਪੰਜ ਸਾਲ ਦੀ ਉਮਰ ਦੇ ਵਿੱਚ ਇਹ ਯੂ نو ਜਿਹੜਾ ਜਗਜੀਤ ਸਿੰਘ ਹੈ ਜਿਹੜੇ ਫਾਜ਼ਲ ਦੀ ਛੋਟੀ ਉਮਰ ਦੇ ਵਿੱਚ ਹੀ ਡੈਥ ਹੋ ਗਈ ਸੀ ਉਹਦੇ ਬਾਅਦ ਜਿਹੜਾ ਇਹ ਇਹਨਾਂ ਨੂੰ ਬਣਾ ਦਿੱਤਾ ਗਿਆ ਮਹਾਰਾਜਾ ਉਹਦੇ ਬਾਅਦ ਹੀ ਵਾਸ ਦਾ ਕਹਿ ਸਕਦੇ ਆ ਕਿ ਸਾਰਿਆਂ ਨਾਲੋਂ ਲੰਬਾ ਜਿਹੜਾ ਮਹਾਰਾਜਾ ਜੇ ਕੋਈ ਰਿਆਤ ਸੀ ਦੈਟ ਵਾਸ ਦਾ ਮਹਾਰਾਜਾ ਜਗਜੀਤ ਸਿੰਘ ਕਲੀਅਰ ਓਕੇ ਮਹਾਰਾਜਾ ਜਗਜੀਤ ਸਿੰਘ ਤੋ ਜੇ ਇਹਦੇ ਆਰਕੀਟੈਕਚਰ ਦੀ ਗੱਲ ਕਰੀਏ ਸਾਰਾ ਆਰਕੀਟੈਕਚਰ ਜਿਹੜਾ ਮਹਾਰਾਜਾ ਜਿਹੜੇ ਕਪੂਰਥਲੇ ਦੀ ਜੇ ਆਰਕੀਟੈਕਚਰ ਜਿਹੜਾ ਇੰਨਾ ਪਿਆਰਾ ਸ਼ਾਲੀਮਾਰ ਗਾਰਡਨ ਉਹ ਫਲਾਣਾ ਟਿੰਗੜਾ ਤੋ ਇਹ ਸਾਰੀ ਗੱਲਾਂ ਕਰੀਏ ਤੇ ਜ਼ਿਆਦਾ ਜਿਹੜਾ ਰੋਲ ਪਲੇ ਕਰਦਾ ਉਹ ਜਗਜੀਤ ਸਿੰਘ ਦਾ ਮਹਾਰਾਜਾ ਜਗਜੀਤ ਸਿੰਘ ਦਾ ਹੀ ਕਰਦਾ ਠੀਕ ਹੈ 1877 ਦੇ ਵਿੱਚ ਤਾਂ 5 ਸਾਲ ਦੇ ਸੀਗੇ ਜਦੋਂ ਉਹਨਾਂ ਨੇ ਗੱਦੀ ਲੈ ਲਈ ਠੀਕ ਹੈ ਗੱਦੀ ਲੈ ਲਈ ਔਰ ਇਹ ਬਾਅਦ ਜਦੋਂ 5 ਸਾਲ ਦੇ ਸੀਗੇ ਤੇ ਇਹਨਾਂ ਦੇ ਜਿਹੜੇ ਟਿਊਟਰ ਸੀਗੇ ਬ੍ਰਿਟਿਸ਼ਰ ਸੀਗੇ ਤੋ ਬ੍ਰਿਟਿਸ਼ਰਸ ਟਿਊਟਰ ਹੋਣ ਕਰਕੇ ਕਿਉਂਕਿ ਬ੍ਰਿਟਿਸ਼ਰਸ ਦੀ ਜਿਹੜੀ ਐਜੂਕੇਸ਼ਨ ਵੀ ਸਿਸਟਮ ਵੀ ਇਹੋ ਜਿਹਾ ਸੀਗਾ ਜਿਹਦੇ ਕਰਕੇ ਕਿ ਉਹਨਾਂ ਦੇ ਅਗੇਂਸਟ ਵੀ ਇਹ ਨਹੀਂ ਜਾ ਸਕਦੇ ਸੀ ਜਿਹੜੇ ਆਵਲੇ ਮਹਾਰਾਜਾ ਜਗਜੀਤ ਸਿੰਘ ਠੀਕ ਹੈ ਤਾਂ ਬ੍ਰਿਟਿਸ਼ਰਸ ਦੇ ਇਹਦੇ ਟਿਊਟਰਸ ਹੀ ਬ੍ਰਿਟਿਸ਼ਰਸ ਸੀਗੇ ਐਜੂਕੇਸ਼ਨ ਸਿਸਟਮ ਬੀਲਿਵ ਸਿਸਟਮ ਉਹ ਸਾਰਾ ਜਿਹੜਾ ਇਹਨਾਂ ਦਾ ਸੀਗਾ ਠੀਕ ਹੈ ਬਟ ਪੜ੍ਹਾਈ ਦੇ ਵਿੱਚ ਬੜੇ ਤੇਜ਼ ਸੀਗੇ ਹਰ ਇੱਕ ਭਾਸ਼ਾ ਮੈਕਸਿਮਮ ਭਾਸ਼ਾ ਇਹਨਾਂ ਨੂੰ ਆਉਂਦੀਆਂ ਸੀਗੀਆਂ ਜਿਵੇਂ ਕਿ ਪਰਸ਼ੀਅਨ ਅੰਗਰੇਜ਼ੀ ਫ੍ਰੈਂਚ ਇਟਾਲੀਅਨ ਠੀਕ ਹੈ ਗੁਰਮੁਖੀ ਉਰਦੂ ਸਾਰੀਆਂ ਭਾਸ਼ਾਵਾਂ ਇਵਨ ਸੰਸਕ੍ਰਿਤ ਵੀ ਇਹਨਾਂ ਨੂੰ ਆਂਦੀ ਸੀ ਇਵਨ ਸੰਸਕ੍ਰਿਤ ਵੀ ਇਹਨਾਂ ਨੂੰ ਆਂਦੀ ਸੀ ਓਕੇ ਸਾਰੀਆਂ ਭਾਸ਼ਾਵਾਂ ਦਾ ਇਹਦਾ ਬੜਾ ਵਧੀਆ ਗਿਆਨ ਸੀ ਇਹਨਾਂ ਨੂੰ ਓਕੇ ਅਨਦਰ ਟਾਈਮ ਤੇ ਕਾਫੀ ਸਾਰੇ ਜਿਹੜੇ ਲੂਟੀਨੈਂਟ ਗਵਰਨਰ ਜਿਹੜੇ ਇਹਨਾਂ ਦੇ ਟਾਈਮ ਤੇ ਰਹੇ ਨੇ ਦੈਟਸ ਇਟ ਛੱਡੋ ਆਪਾਂ ਨੂੰ ਉਹ ਐਗਜ਼ਾਮ ਪੁਆਇੰਟ ਆਫ View ਨਾਲ ਇੰਪੋਰਟੈਂਟ ਨਹੀਂ ਹੁਣ ਆਪਾਂ ਗੱਲ ਕਰਦੇ ਆ ਪਾਵਰ ਦੇ ਵਿੱਚ ਜਦੋਂ ਇਹ ਆਏ ਉਦੋਂ 1890 ਸੀਗਾ ਜਦੋਂ ਪਾਵਰ ਚ ਆਏ 1890 ਤੇ ਸਿਲਵਰ ਜੁਬਲੀ ਇਹਨਾਂ ਨੇ ਮਨਾਈ ਆ ਠੀਕ ਹੈ ਜਦੋਂ 25 ਸਾਲ ਹੋ ਗਏ ਪਾਵਰ ਦੇ 1900 15 ਦੇ ਵਿੱਚ ਉਹਦੇ ਬਾਅਦ 골ਡਨ ਜੁਬਲੀ ਮਨਾਈ 1927 ਦੇ ਵਿੱਚ ਉਹਦੇ ਨਾਲ ਡਾਇਮੰਡ ਜੁਬਲੀ ਮਨਾਈ 1937 ਦੇ ਵਿੱਚ ਹੁਣ ਤੁਸੀਂ ਲਗਾ ਲਓ ਉਦੋਂ ਦੇ ਗੱਦੀ ਤੇ ਬੈਠੇ ਤਾਂ ਲੋਂਗੇਸਟ ਸਰਵਿੰਗ ਦੀ ਆਪਾਂ ਗੱਲ ਕਰੀਏ ਤਾਂ ਬਹੁਤ ਵਾਰੀ ਜਿਹੜਾ ਰੂਲ ਸਾਰੇ ਨਾਲੋਂ ਲੰਬਾ ਜਿਹੜਾ ਗੱਲ ਕਰੀਏ ਤਾਂ 58 ইয়ার্স ਤੱਕ ਇਹਨਾਂ ਨੇ ਰੂਲ ਕੀਤਾ ਜੇ ਐਜ਼ ਅ ਪ੍ਰਿੰਸ ਦੀ ਗੱਲ ਕਰੀਏ ਉਹ 71 ਸਾਲ ਤੱਕ ਰੂਲ ਇਹਨਾਂ ਨੇ ਕੀਤਾ ਮਤਲਬ ਆਹ ਨਾਲ ਕਰੀ ਹੁਣ ਇਹਦੇ ਵਿੱਚ 71 ਨਾਲ ਜੋੜ ਦਿਓ ਠੀਕ ਹੈ 71 ਦੇ ਵਿੱਚੋਂ 58 ਕੱਢ ਦਿਓ ਬਾਕੀ ਪ੍ਰਿੰਸ ਦਾ ਰੱਖ ਲਿਓ ਠੀਕ ਹੈ ਤਾਂ ਮਹਾਰਾਜਾ ਰਣਜੀਤ ਸਿੰਘ ਜਦੋਂ ਆਪਣਾ ਦੇਸ਼ ਜਦੋਂ ਅੰਗਰੇਜ਼ਾਂ ਦੇ ਹੱਥਾਂ ਦੇ ਵਿੱਚ ਸੀਗਾ ਠੀਕ ਹੈ ਅੰਗਰੇਜ਼ੀ ਹਕੂਮਤ ਜਦੋਂ ਇਤਰਾਜ਼ ਕਰਦੀ ਸੀ ਉਦੋਂ ਇਹ ਰਿਪਰੈਜ਼ੈਂਟ ਕਰਦੇ ਸੀ ਆਪਣੇ ਇਲਾਕੇ ਨੂੰ ਕਪੂਰਥਲੇ ਨੂੰ ਰਿਪਰੈਜ਼ੈਂਟ ਕਰਦੇ ਸੀ ਇੰਟਰਨੈਸ਼ਨਲ ਮੰਚ ਤੇ ਠੀਕ ਹੈ ਇੰਟਰਨੈਸ਼ਨਲ ਮੰਚ ਤੇ ਰਿਪਰੈਜ਼ੈਂਟ ਕਰਦੇ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਆਪਣੇ ਰਿਪਰੈਜ਼ੈਂਟੇਸ਼ਨ ਜਿਹੜੀ ਲੀਗ ਆਫ ਨੇਸ਼ਨ ਜਨੇਵਾ ਦੇ ਵਿੱਚ ਇੱਕ ਮੀਟਿੰਗ ਹੋਈ ਸੀ 1900 26 ਦੇ ਵਿੱਚ ਉਹਦੇ ਵਿੱਚ ਆਪਣੇ ਆਪ ਨੂੰ ਰਿਪਰੈਜ਼ੈਂਟ ਕੀਤਾ 27 ਚ ਕੀਤਾ ਠੀਕ ਹੈ ਉਹਦੇ ਬਾਅਦ ਫਰਾਂਸ ਦੇ ਵਿੱਚ ਫਰਾਂਸ ਦੇ ਵਿੱਚ ਇੱਕ ਇਨੋਗ੍ਰੇਸ਼ਨ ਵਾਰ ਮੈਮੋਰੀਅਲ ਦੀ ਇਨੋਗ੍ਰੇਸ਼ਨ ਸੀਗੀ ਠੀਕ ਹੈ ਆਂਡੀਆਂ ਆਰਮੀ ਜਿਨੇ ਪਾਰਟਿਸਿਪੇਟ ਕੀਤਾ ਸੀਗਾ ਠੀਕ ਹੈ ਫਰਸਟ ਵਾਰ ਦੇ ਵਿੱਚ ਵਰਲਡ ਵਾਰ ਦੇ ਵਿੱਚ ਉਹਦੀ ਇਨੋਗ੍ਰੇਸ਼ਨ ਸੀਗੀ ਉੱਥੇ ਵਾਰ ਮੈਮੋਰੀਅਲ ਦੀ ਠੀਕ ਹੈ ਚੈਪਲੇ ਨੋਵੇ ਚੈਪਲੇ ਜਿਹੜੀ ਕਿ ਫਰਾਂਸ ਦੀ ਇੱਕ ਜਗ੍ਹਾ ਹੈ ਉੱਥੇ ਇਨੋਗ੍ਰੇਸ਼ਨ ਸੀਗੀ ਉੱਥੇ ਵੀ ਇਹ ਰਿਪਰੈਜ਼ੈਂਟ ਹੋਏ ਸੀਗੇ ਕਲੀਅਰ ਰਾਉਂਡ ਟੇਬਲ ਮੀਟਿੰਗ ਦੇ ਵਿੱਚ 1931 ਦੀ ਰਾਉਂਡ ਟੇਬਲ ਦੀ ਮੀਟਿੰਗ ਬਹੁਤ ਵਾਰੀ ਆਪਾਂ ਪੇਪਰ 'ਚ ਕਰਦੇ ਆ ਕਿ ਰਾਉਂਡ ਟੇਬਲ ਦੀ ਮੀਟਿੰਗ 'ਚ ਕੌਣ-ਕੌਣ ਆਇਆ ਹੀ ਵਾਸ ਥੇਅਰ ਤੋਂ ਮਹਾਰਾਜਾ ਰਣਜੀਤ ਸਿੰਘ ਠੀਕ ਹੈ ਹੀ ਵਾਸ ਇਨ ਦਾ ਰਾਉਂਡ ਟੇਬਲ ਮੀਟਿੰਗ ਕਲੀਅਰ ਤੋਂ ਡਿਫੈਂਸ ਕੌਂਸਲ ਦੇ 1941 ਡਿਫੈਂਸ ਕੌਂਸਲ ਦੇ ਹੀ ਵਾਸ ਆਲਸੋ ਦਾ ਮੈਂਬਰ ਹੁਣਾਂ ਨੇ ਆਪਾਂ ਗੁਰਦੁਆਰੇ ਕਿਹੜੇ-ਕਿਹੜੇ ਨੇ ਕਪੂਰਥਲਾ ਦੇ ਵਿੱਚ ਕਪੂਰਥਲਾ ਦੇ ਵਿੱਚ ਗੁਰੂ ਕਾ ਬਾਗ ਗੁਰੂ ਕਾ ਬਾਗ ਜਿਹੜਾ ਹੈਗਾ ਸੁਲਤਾਨਪੁਰ ਲੋਧੀ ਦੇ ਵਿੱਚ ਹੈ ਯਾਨੀ ਕਪੂਰਥਲੇ ਦੀ ਦੀ ਜਿਹੜੀ ਸੁਲਤਾਨਪੁਰ ਲੋਧੀ ਇੱਕ ਸਿਟੀ ਕਪੂਰ ਥਲੇ ਦੀ ਉੱਥੇ ਜਿਹੜਾ ਬਾਗ ਹੈ ਠੀਕ ਹੈ ਹੁਣ ਆਪਾਂ ਨੂੰ ਪਤਾ ਹੈ ਕਿ ਨਵਾਬ ਦੌਲਤ ਖਾਨ ਲੋਧੀ ਲੋਧੀ ਦਾ ਸੀ ਮੋਦੀ ਖਾਨਾ ਔਰ ਮੋਦੀ ਖਾਨਾ ਦੇ ਵਿੱਚ ਜੋਬ ਕਰਦੇ ਸੀਗੇ ਗੁਰੂ ਨਾਨਕ ਦੇਵ ਜੀ ਠੀਕ ਹੈ ਕਲੀਅਰ ਠੀਕ ਹੈ ਹੁਣ ਆਨੇ ਆਪਾਂ ਸੁਲਤਾਨਪੁਰ ਲੋਧੀ ਗੁਰੂ ਕਾ ਬਾਗ ਤੋ ਗੁਰੂ ਕਾ ਬਾਗ ਜਿਹੜਾ ਕਿ ਸੁਲਤਾਨਪੁਰ ਲੋਧੀ ਦੇ ਵਿੱਚ ਹੈ ਕਪੂਰਥਲੇ ਡਿਸਟ੍ਰਿਕਟ ਦੇ ਵਿੱਚ ਹੈ ਆਪਣੇ 14 ਸਾਲ ਜ਼ਿੰਦਗੀ ਦੇ ਜੇ ਗੁਰੂ ਸਹਿਬਾਰ ਨੇ ਜਿਹੜੇ ਸੁਲਤਾਨਪੁਰ ਦੇ ਵਿੱਚ ਗੁਜ਼ਾਰੇ ਸੀਗੇ 14 ਸਾਲ ਔਰ ਇੱਥੇ ਜਿਹੜਾ ਕੰਮ ਕੀਤਾ ਸੀਗਾ ਦੌਲਤਖਣ ਲੋਧੀ ਦੇ ਮੋਦੀ ਖਾਨੇ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਸੀਗਾ ਠੀਕ ਹੈ ਇਹ ਇਹ ਜਿਹੜਾ ਗੁਰੂ ਕਾ ਬਾਗ ਜਿਹੜਾ ਇਹ ਜਗਾ ਹੈਗੀ ਆ ਇੱਥੇ this is a house ਜਿੱਥੇ ਗੁਰੂ ਨਾਨਕ ਦੇਵ ਜੀ ਤੇ ਦੋ ਬੇਟੇ ਬਾਬਾ ਸ਼੍ਰੀਚੰਦ ਤੇ ਬਾਬਾ ਲక్ష్ਮੀ ਚੰਦ ਜਿਨ੍ਹਾਂ ਦਾ ਜਨਮ ਹੋਇਆ ਸੀਗਾ ਠੀਕ ਹੈ ਬਹੁਤ ਵਾਰ ਇਹਨਾਂ ਨੇ ਆਪਣੇ ਬੱਚਿਆਂ ਨੂੰ ਟੈਸਟ ਕੀਤਾ ਕਿ ਇਹ ਕੀ ਆ ਆਪਣੇ ਆਪ ਨੂੰ ਪ੍ਰੂਵ ਕਰ ਸਕਦੇ ਆ ਇਸ ਗੁਰਗੱਦੀ ਤੇ ਬਹਿਣ ਲਈ ਬਟ ਹਰ ਵਾਰੀ ਉਹ ਜਿਹੜੇ ਨਹੀਂ ਪ੍ਰੂਵ ਨਹੀਂ ਆਪਣੇ ਆਪ ਨੂੰ ਪ੍ਰੂਵ ਨਹੀਂ ਕਰ ਪਾਏ ਬਾਬਾ ਲక్ష్ਮੀ ਚੰਦ ਬੜੇ ਜਿਆਦਾ ਵਰਲਡਲੀ ਸੀਗੇ ਤੇ ਬਾਬਾ ਸ਼੍ਰੀ ਚੰਦ ਜਿਹੜੇ ਉਹ ਉਹ ਸੀਗੇ ਤਿਆਗ ਵਾਲੇ ਮਤਲਬ ਸਾਧ ਬੰਦੇ ਸੀ ਉਹ ਪੂਰੇ ਬਾਬਾ ਸ਼ੀ ਚੰਦ ਬਹੁਤ ਜਿਆਦਾ ਸਾਧ ਸੀ ਤੇ ਬਾਬਾ ਜਿਹੜਾ ਲక్ష్ਮੀ ਚੰਦ ਬਹੁਤ ਜਿਆਦਾ ਦੁਨੀਆ ਦੇ ਵਿੱਚ ਰੁੱਝੇ ਹੋਏ ਸੀ ਤੋਂ ਉਹ ਸਾਧ ਬੰਦੇ ਸੀ ਕੋਣ ਬਾਬਾ ਸ਼੍ਰੀ ਚੰਦ ਤੋ ਐਸ ਕਰਕੇ ਗੁਰੂ ਸਾਹਿਬਾਨ ਨੂੰ ਉਹ ਪਰਸਨੈਲਿਟੀ ਚਾਹੀਦੀ ਸਨ ਨਹੀਂ 14 ਇਅਰਸ ਸੀਗੇ ਯਾਰ ਠੀਕ ਹੈ 14 ਇਅਰਸ ਸੀਗੇ ਕਿਉਂਕਿ ਆ ਜਿਹੜਾ ਡਾਟਾ ਆਥੈਂਟਿਕ ਡਾਟਾ ਜਿਹੜਾ ਮੈਂ ਸਪੈਸ਼ਲੀ ਇੱਕ ਕਪੂਰਥਲੇ ਦੀ ਜਿਹੜੀ ਗਵਰਨਮੈਂਟ ਏਜੰਸੀ ਆ ਯਾਨੀ ਕਪੂਰਥਲੇ ਦਾ ਆਪਣੀ ਜਿਹੜੀ ਵੈਬਸਾਈਟ ਆ ਉਥੋਂ ਦੀ ਡਾਟਾ ਜਿਹੜਾ ਮੈਂ ਮੈਂ ਕਿਹਾ ਕਿ ਕਿਤੇ ਗਲਤੀ ਨਾ ਹੋ ਜਾਈ ਕੋਈ ਗਲਤ ਡਾਟਾ ਨਾ ਚੱਕਿਆ ਜਾਏ ਤੋ ਮੈਂ ਸਪੈਸ਼ਲੀ ਜਿਹੜੀ 2-3 ਵਾਰ ਚੈੱਕ ਕੀਤਾ ਠੀਕ ਹੈ ਉਹਦੇ ਉਹਦੇ ਬਾਅਦ ਦੀ ਆਪਾਂ ਗੱਲ ਕਰਦੇ ਆਂ ਕੀ ਆ ਬਾਬਾ ਸ਼੍ਰੀ ਚੰਦ ਜਿਵੇਂ ਕਿ ਦੱਸਿਆ ਬੜੇ ਸਾਧਬੰਦੇ ਸੀਗੇ ਲక్ష్ਮੀ ਦਾਸ ਜਿਹੜੇ ਆ ਲక్ష్ਮੀ ਚੰਦ ਆ ਜਿਹੜੇ ਉਹ ਬੜੇ ਵਰਲਡੀ ਸੀਗੇ ਦੋਵਾਂ ਨੂੰ ਗੱਦੀ ਨਹੀਂ ਦਿੱਤੀ ਕਿਉਂਕਿ ਗੁਰੂ ਸਾਹਿਬਾਨ ਨੂੰ ਉਹ ਬੰਦਾ ਚਾਹੀਦਾ ਸੀਗਾ ਜਿਹੜਾ ਕਿ ਆਪਣੀ ਫੈਮਲੀ ਵੀ ਰੱਖੇ ਠੀਕ ਹੈ ਕਿਉਂਕਿ ਉਹਨਾਂ ਨੇ ਖੁਦ ਕਹਿਆ ਸੀਗਾ ਕਿ ਇਹ ਜਿਹੜਾ ਰੱਬ ਨੂੰ ਪਾਣਾ ਉਹੀ ਰੱਬ ਨੂੰ ਜਿਹੜਾ ਛੇਤੀ ਪਾ ਸਕਦਾ ਹੈ ਜਿਹੜਾ ਆਪਣੀ ਘਰ ਗ੍ਰਸਥ ਦੇ ਵਿੱਚ ਰਹਿ ਕੇ ਰੱਬ ਦੀ ਭਗਤੀ ਕਰਦਾ ਹੈ ਰੱਬ ਨੂੰ ਪਾਣ ਦਾ ਜਰੀਆ ਉਸ ਤੋਂ ਵਧੀਆ ਜਰੀਆ ਕੋਈ ਨਹੀਂ ਹੈਗਾ ਠੀਕ ਹੈ ਲੰਗਰ ਪ੍ਰਥਾ ਠੀਕ ਹੈ ਲੰਗਰ ਪ੍ਰਥਾ ਗੁਰੂ ਸਰਬਾਨ ਵਾਲਾ ਸ਼ੁਰੂ ਕੀਤੀ ਗਈ ਸੀ ਔਰ ਸਾਨੂੰ ਇਹ ਵੀ ਪਤਾ ਹੈ ਕਿ ਲੰਗਰ ਜਿਹੜਾ ਬਣਾਇਆ ਸੀ ਨਾ ਪਹਿਲੀ ਵਾਰੀ ਉਹ ਬੀਬੀ ਨਾਨਕੀ ਨੇ ਬਣਾਇਆ ਸੀਗਾ ਤੋਂ ਅਕਸਰ ਵੀ ਬੀਬੀ ਨਾਨਕੀ ਦੇ ਦੁਆਰਾ ਲੰਗਰ ਵੀ ਬਣਾਇਆ ਜਾਂਦਾ ਸੀਗਾ ਕਲੀਅਰ ਤੋਂ ਜਿਹੜੀ ਲੰਗਰ ਪ੍ਰਥਾ ਇੱਥੋਂ ਹੀ ਸ਼ੁਰੂ ਕੀਤੀ ਸੀ ਤੋਂ ਗੁਰੂ ਕਾ ਬਾਗ ਗੁਰੂ ਦਾ ਬਾਗ ਜਿਹੜਾ ਇਹਨੂੰ ਲੰਗਰ ਪ੍ਰਥਾ ਦੀ ਸ਼ੁਰੂਆਤ ਵੀ ਕਹਿ ਸਕਦੇ ਹਾਂ ਕਿ ਇੱਥੋਂ ਦੀ ਇਸ ਪਲੇਸ ਤੋਂ ਇਸ ਗੁਰਦੁਆਰੇ ਤੋਂ ਜਿਹੜੀ ਲੰਗਰ ਪ੍ਰਥਾ ਸ਼ੁਰੂ ਕੀਤੀ ਗਈ ਸੀ ਔਰ ਲੰਗਰ ਜਦੋਂ ਬੀਬੀ ਨਾਨਕੀ ਲੰਗਰ ਫ੍ਰੀ हां बीबी बीबी नानकी ਜਿਹੜੀ ਲੰਗਰ ਬਣਾਉਂਦੀ ਹੁੰਦੀ ਸੀ ਯਾਨੀ ਇਹਨਾਂ ਦੀ ਸੋਰੀ ਇਹਨਾਂ ਦੀ ਭੈਣ ਜਦੋਂ ਲੰਗਰ ਬਣਾਉਂਦੀ ਹੁੰਦੀ ਸੀ ਤੇ ਇਹ ਜਿਹੜੇ ਜਿਹੜੇ ਵਰਤਨ ਦੇ ਹੁੰਦੇ ਸੀ ਕਲੀਅਰ ਠੀਕ ਹੈ ਕੋਈ ਸਲੀਪ ਆਫ ਟੰਗ ਹੋ ਗਿਆ ਹੋਏ ਤਾਂ ਮੈਨੂੰ ਖਿਸ਼ਮਾ ਕਰਨਾ ਸਰ ਇਸ ਲਈ ਹੀ ਡਿਸਟ੍ਰਿਕਟ ਕੋ ਗੁਰੂ ਨਾਨਕ ਦੇਵ ਜੀ ਕੀ ਧਰਤੀ ਕਹਿੰਦੇ ਹੈ ਆ ਇਥੇ ਜਨਮ ਹੋਇਆ ਸੀਗਾ ਇਸ ਕਰਕੇ ਕਹਿ ਸਕਦੇ ਆਪਾਂ ਇਹਨੂੰ ਗੁਰਨਾਨ ਦੇਵ ਜੀ ਦੀ ਧਰਤੀ ਲੰਗਰ ਪ੍ਰੈਪਰੇਸ਼ਨ ਇੱਥੇ ਹੀ ਸ਼ੁਰੂ ਹੁੰਦੀ ਸੀ ਸultanpur ਦੇ ਵਿੱਚ ਹੀ ਤਾਂ ਇਹਨਾਂ ਦੀ ਜਿਹੜੀ ਭੈਣ ਹੈ ਜਿਹੜੀ sultanpur ਹੀ ਤਾਂ ਵਿਆਹੀ ਹੋਈ ਸੀ ਠੀਕ ਹੈ ਉੱਥੇ ਹੀ ਜਿਹੜੇ ਇਹਨਾਂ ਦੇ ਜਿਹੜੇ ਠੀਕ ਹੈ ਜਿਹੜੇ ਬ੍ਰਦਰ ਇਨ ਲਾ ਹੈ ਇੱਥੇ ਹੀ sultanpur ਦੇ ਵਿੱਚ ਰਹਿੰਦੇ ਸੀਗੇ ਤੇ ਇਹਨਾਂ ਦੀ ਭੈਣ ਹੈ ਜਿਹੜੀ ਇਹਨਾਂ ਨੂੰ ਆਪਣੇ ਨਾਲ ਲੈ ਆਏ ਸੀਗੀ ਠੀਕ ਹੈ ਅਗਲੇ ਕੁਐਸਚਨ ਤੇ ਚੱਲਦੇ ਆਂ ਅ ਅਗਲੀ ਸਲਾਈਡ ਤੇ ਚੱਲਦੇ ਆਂ ਅੱਗੇ ਹੈਗਾ ਗੁਰਦੁਆਰਾ 베ਰ ਗੁਰਦੁਆਰਾ 베ਰ ਸਾਹਿਬ ਗੁਰਦੁਆਰਾ 베ਰ ਸਾਹਿਬ ਆ ਜਿਹੜੀ ਜਗ੍ਹਾ ਹੈ ਇਹ ਵੀ ਸੁਲਤਾਨਪੁਰ ਦੇ ਵਿੱਚ ਹੈ ਸੁਲਤਾਨਪੁਰ ਤੇ ਬਹੁਤ ਸਾਰੇ ਗੁਰਦੁਆਰੇ ਦੇਖਣ ਨੂੰ ਮਿਲਣਗੇ ਆ ਜਿਹੜੀ ਜਗ੍ਹਾ ਕਾਲੀ ਬਈ ਕਾਲੀ ਬਈ ਰਿਵਰ ਆ ਉਹਦੇ ਬੈਂਕ ਤੇ ਪੂਰੀ ਬਣੀ ਹੋਈ ਆ ਕਲੀਅਰ ਤੇ ਕਾਲੀ ਬਈ ਰਿਵਰ ਦੇ ਬੈਂਕ ਤੇ ਬਣੀ ਹੋਈ ਆ 베ਰ ਸਾਹਿਬ ਗੁਰਦੁਆਰਾ ਠੀਕ ਹੈ ਇੱਥੇ ਉਹ ਵਾਲਾ ਦਰਖਤ ਆ ਉਹ ਵਾਲਾ ਟਰੀ ਆ ਜਿੱਥੇ ਬੈ ਕੇ ਗੁਰੂ ਜੀ ਜਿਹੜੇ ਆ ਮੈਡੀਟੇਸ਼ਨ ਕਰਦੇ ਸੀ ਆਪਣਾ ਧਿਆਨ ਲਗਾਉਂਦੇ ਹੁੰਦੇ ਸੀ ਠੀਕ ਹੈ meditation ਕਰਦੇ ਸੀ ਕਿ ਆਪਣਾ ਧਿਆਨ ਲਗਾਉਂਦੇ ਸੀ ਉਹ ਜਿਹੜਾ ਪੀੜ ਉੱਥੇ ਬੜਿਆ ਹੋਇਆ ਕਲੀਅਰ ਜਿਹੜੀ ਆ ਬਿਲਡਿੰਗ ਦੀ ਗੱਲ ਕਰੀਏ ਗੁਰਦੁਆਰਾ ਬੇਰ ਸਾਹਿਬ ਦੀ ਕੰਸਟਰਕਸ਼ਨ ਕਿਹਦੇ ਦੁਆਰਾ ਕੀਤੀ ਗਈ ਆ ਬਿਲਡਿੰਗ ਦੀ ਕੰਸਟਰਕਸ਼ਨ ਮਹਾਰਾਜਾ ਜਗਜੀਤ ਸਿੰਘ ਦੇ ਦੁਆਰਾ ਕੀਤੀ ਗਈ ਓਕੇ ਪੀਅਰ ਤਾਂ ਦੈਟਸ ਇਟ ਕਲੀਅਰ ਚਲੋ ਜੀ ਨੈਕਸਟ ਬੀਬੀ ਨਾਨਕੀ ਜੀ ਆ ਗੁਰਦੁਆਰਾ ਜਿਹੜਾ ਏ ਵੀ ਸੁਲਤਾਨਪੁਰ ਲੋਧੀ ਦੇ ਵਿੱਚ ਜਿਹੜਾ ਸਥਿਤ ਆ ਓਕੇ ਤੋ ਇਹਦੇ ਵਿੱਚ ਮਤਲਬ ਜਿੱਥੇ ਬੀਬੀ ਨਾਨਕੀ ਰਹਿੰਦੀ ਹੁੰਦੀ ਸੀ ਉਹ ਜਗ੍ਹਾ ਜਿਹੜੀ ਇਹਨੂੰ ਰਿਪਰੈਜ਼ੈਂਟ ਕਰਦੀ ਆ ਅਗਲੇ ਕੁਐਸਚਨ ਤੇ ਚੱਲਦੇ ਆ ਸ਼੍ਰੀ ਸੰਤਗਾੜ ਸਾਹਿਬ ਸੰਤਗਾੜ ਸਾਹਿਬ ਉਹ ਜਗ੍ਹਾ ਬੇਰ ਰਿਵਰ ਦੇ ਕੰਢੇ ਤੇ ਠੀਕ ਹੈ ਜਿਹੜਾ ਬੇਰ ਸਾਹਿਬ ਗੁਰਦੁਆਰਾ ਉਹਦੇ ਲਾਗੇ ਹੀ ਇਹ ਜਗ੍ਹਾ ਤੋ ਐਕਚੁਅਲੀ ਕੀ ਸੀਗਾ ਕਿ ਜਿਸ ਜਗ੍ਹਾ ਤੇ ਗੁਰੂ ਸਹਿਬਾਨ ਬੇਰ ਸਾਹਿਬ ਤੋਂ ਗਏ ਠੀਕ ਹੈ ਉਥੇ ਰੀਵਰ ਤੇ ਬੇਈ ਰੀਵਰ ਤੇ ਉਥੇ ਜਾ ਕੇ ਡਿਸ ਅਪੀਅਰ ਹੋ ਗਏ ਠੀਕ ਹੈ ਉਹ ਵਾਲੀ ਜਿਹੜੀ ਹੈਗਾ ਉਥੇ ਇਹ ਘਾਟ ਸਾਹਿਬ ਆ ਯਾਨੀ ਘਾਟ ਜਿੱਥੇ ਉਹਨਾਂ ਨੇ ਡੁਬਕੀ ਲਗਾਈ ਸੀਗੀ ਠੀਕ ਹੈ ਇਸ ਕਰਕੇ ਇਸ ਜਗ੍ਹਾ ਨੂੰ ਕੀ ਕਹਿੰਦੇ ਨੇ ਸ਼੍ਰੀ ਸੰਤ ਘਾਟ ਸਾਹਿਬ ਠੀਕ ਹੈ ਸੋ ਇੱਥੇ ਜਿੱਥੇ ਇਹਨਾਂ ਨੂੰ ਜਿਹੜਾ ਗਿਆਨ ਪ੍ਰਾਪਤ ਹੋਇਆ ਸੀਗਾ ਠੀਕ ਹੈ ਹੁਣ ਹੋਰ ਪਲੇਸਿਸ ਦੀ ਗੱਲ ਕਰੀਏ गुरुद्वारे की गल करिए तो ओके ठीक है ओके चलो अच्छा गुरुद्वारे खत्म हो गए ओके चलो चलो नैक्स चलते हैं पुष्पा गुजराल साइंस सिटी कपूरथला है और गौरमेंट ऑफ पंजाब पाबेंट ऑफ इंडिया का ज्वाइंट वेंचर आ ਔਰ ਬਹੁਤ ਐਡਵੈਂਚਰਸ ਪ੍ਰੋਗਰਾਮਸ ਇੱਥੇ ਦੇਖਣ ਨੂੰ ਮਿਲਦੇ ਆ ਜਿਵੇਂ ਕਿ ਆ 3D ਮੂਵੀ ਇੱਥੇ ਆ ਆ ਸਾਇੰਸ ਦਾ ਬੜਾ ਅੱਛਾ ਯੂਜ਼ ਜਿਹੜਾ ਤੁਹਾਨੂੰ ਸਾਇੰਸ ਮਾਡਲ ਤੇ ਇੱਥੇ ਬੜੇ ਅੱਛੇ ਦੇਖਣ ਨੂੰ ਮਿਲਦੇ ਆ ਡਾਇਨਾਸੌਰ ਪਾਰਕ ਵੀ ਜਾਓ ਤੇ ਇੱਥੇ ਜ਼ਰੂਰ ਹੋ ਕੇ ਆਣਾ ਠੀਕ ਹੈ ਇੱਥੇ ਸਪੈਸ਼ਲੀ ਹੋ ਕੇ ਆਣਾ ਤੋਂ ਹੈਲਥ ਗੈਲਰੀ ਆ ਸਪੋਰਟ ਸਾਇੰਸ ਡਾਇਨਾਸੌਰ ਪਾਰਕ ਲਾਈਫ thro ایجز ਠੀਕ ਹੈ ਡਿਫੈਂਸ ਗੈਲਰੀ ਆ ਮੋਬਾਈਲ ਸਾਇੰਸ ਬਸ ਹੈ ਦੇ ਵਿੱਚ ਤੋਂ ਬਹੁਤ ਵਧੀਆ ਚੀਜ਼ ਹੈ ਜਿਹੜੀ ਇਹ ਬਣੀ ਹੋਈ ਹੈ 3D تھیਟਰ ਹੈ ਲੇਜ਼ਰ تھیਟਰ ਹੈ ਤੋ ਕਾਫੀ ਚੀਜ਼ਾਂ ਦੇ ਵਿੱਚ ਬਣੀਆਂ ਹੋਈਆਂ ਈਵਨ ਅਰਥਕਵੇਕ ਅਸੀਮੂਲੇਟਰ ਵੀ ਬਣਿਆ ਹੋਇਆ ਅਰਥਕਵੇਕ ਸਿਮੂਲੇਟਰ ਸਪੇਸ ਐਂਡ ਐਵੀਏਸ਼ਨ ਆ ਕਾਫੀ ਵਧੀਆ ਵਧੀਆ ਚੀਜ਼ਾਂ ਬਣੀਆਂ ਤੋ ਸਾਇੰਸ ਸਿਟੀ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਿੱਥੇ ਪੈਂਦਾ ਕਪੂਰਥਲਾ ਦੇ ਵਿੱਚ ਨਾ ਕਿ ਜਲੰਧਰ ਦੇ ਵਿੱਚ ਇਸ ਚੀਜ਼ ਦਾ ਵੀ ਖਿਆਲ ਰੱਖਣਾ ਜੀ ਅੱਛਾ ਖਤਮ ਹੋ ਗਿਆ ਚਲੋ ਲੈਕਚਰ ਦਾ ਕਪੂਰ ਥਲੇ ਦਾ ਇੱਥੇ ਤੱਕ ਹੀ ਸੀਗਾ ਠੀਕ ਹੈ ਇਹ ਹੀ ਚੀਜ਼ਾਂ ਜਿਹੜੀਆਂ ਐਗਜ਼ਾਮ ਦੇ ਵਿੱਚ ਬਾਰ-ਬਾਰ ਆਉਂਦੀਆਂ ਨੇ ਤੇ ਇਹੀ ਚੀਜ਼ਾਂ ਨੂੰ ਆਪਾਂ ਕੰਟੀਨਿਊ ਕਰਨਾ ਵਾ ਠੀਕ ਹੈ ਜਿਹੜੀ ਹੋਰ ਵੈਕੈਂਸੀਜ਼ ਜਿਹੜੀਆਂ ਵੀ ਆਣਗੀਆਂ ਉਹਦੀਆਂ ਤੁਹਾਨੂੰ ਟਾਈਮ ਟੂ ਟਾਈਮ ਜਿਹੜਾ ਉਹਦੇ ਬਾਰੇ ਦੱਸਦੇ ਰਵਾਂਗੇ ਕਿਸੇ ਨੇ ਕੁਝ ਪੁੱਛਣਾ ਹੋਵੇ ਮੈਨੂੰ ਪੁੱਛ ਸਕਦਾ ਕਿਸੇ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਡਾਊਟ ਹੋਏ ਕੁਝ ਪੁੱਛਣਾ ਹੋਵੇ ਯੂ ਕੈਨ ਆਸਕ if you have any doubt you can ask ਠੀਕ ਹੈ ਹੁਣ ਮੈਂ ਇੱਕ ਅਨਸਰ ਜਿਹੜਾ ਕਿਸੇ ਮੈਨੂੰ ਬੱਚੇ ਨੇ ਪੁੱਛਿਆ ਸੀਗਾ ਕਿ ਇਹ ਕਿਹਦੇ ਦੁਆਰਾ ਫਾਊਂਡ ਕੀਤਾ ਗਿਆ ਠੀਕ ਹੈ ਇਹ ਇਸ ਕੁਐਸਚਨ ਦਾ ਅਨਸਰ ਇੱਕ ਰਹਿ ਗਿਆ ਜਿਹੜਾ ਕਿ ਮੈਨੂੰ ਸਲਾਈਡ ਦੇ ਵਿੱਚ ਨਹੀਂ ਸੀਗਾ ਕਪੂਰਥਲਾ ਜਿਹੜਾ ਸੀਗਾ ਇਟ ਵਾਸ ਫਾਊਂਡਡ ਬਾਈ ਦਾ ਸੁਲਤਾਨ ਆਫ ਦਾ ਗਜਰੀ ਠੀਕ ਹੈ ਕਪੂਰਥਲਾ ਇਹ ਫਾਊਂਡਡ ਬਾਈ ਇਹ ਕਿੰਨੇ ਫਾਊਂਡ ਕੀਤਾ ਸੀਗਾ ਸੁਲਤਾਨ ऑफ ਗਜਨੀ ਠੀਕ ਹੈ ਸੁਲਤਾਨ ऑफ ਗਜਨੀ ਹੀ ਵਾਸ ਅ ਫਾਊਂਡਰ ਆਫ ਦਾ ਕਪੂਰਥਲਾ ਠੀਕ ਹੈ ਸੁਲਤਾਨ ऑफ ਗਜਨੀ ਵਾਸ ਦਾ ਫਾਊਂਡਰ ਆਫ ਦਾ ਕਪੂਰਥਲਾ ਠੀਕ ਹੈ ਤੇ ਨਾਮ ਦੀ ਗੱਲ ਕਰਦੇ ਆ ਕਿ ਨਾਮ ਕਪੂਰਥਲੇ ਦਾ ਨਾਮ ਕਿੱਥੋਂ ਦੀ ਆਇਆ ਰਾਣਾ ਕਪੂਰ ਰਾਣਾ ਕਪੂਰ ਠੀਕ ਹੈ ਰਾਣਾ ਕਪੂਰ ਤੋਂ ਜਿਹਦਾ ਨਾਮ ਹੈ ਜਿਹੜਾ ਕਪੂਰਥਲਾ ਪਿਆ ਹੂ ਵਾਸ ਦਾ ਰਾਣਾ ਕਪੂਰ ਤੋਂ ਰਾਣਾ ਕਪੂਰ ਅਹਿਲੂਵਾਲੀਆ ਫੈਮਿਲੀ ਦੇ ਹੀ ਅਨਸੈਸਟਰ ਸੀਗੇ ਠੀਕ ਹੈ ਹੀ ਵਾਸ ਦਾ ਅਨਸੈਸਟਰ ਆਫ ਦਾ ਅਹਿਲੂਵਾਲੀਆ ਫੈਮਿਲੀ ਕਲੀਅਰ ਨਾਮ ਵਾਲਾ ਖਤਮ ਕਹਾਣੀ ਨਾਮ ਵਾਲੀ ਉਸ ਡਾਊਟ ਤਾਂ ਨਹੀਂ ਤੋਂ ਕਪੂਰਥਲੇ ਦਾ ਨਾਮ ਹੈ ਜਿਹੜਾ ਰਾਣਾ ਕਪੂਰ ਤੋਂ ਪਿਆ ਰਾਣਾ ਕਪੂਰ ਕੌਣ ਸੀਗੇ ਅਹਿਲੂਵਾਲੀਆ ਜਿਹੜੀ ਡਾਇਨੈਸਟੀ ਸੀਗੀ ਉਹਦੇ ਹੀ ਜਿਹੜੇ ਇਹ ਵੰਚਰ ਸੀਗੇ ਜਿੱਥੋਂ ਦੀ ਨਾਮ ਜਿਹੜਾ ਕਪੂਰਥਲਾ ਪਿਆ ਗਿਆ ਠੀਕ ਹੈ ਦੈਟਸ ਇਟ ਸੋ ਥਿਸ ਵਾਸ ਦਾ ਸੈਸ਼ਨ ਫੋਰ ਟੂਡੇ ਐਂਡ ਥਿਸ ਇਜ਼ ਥਿਸ ਵਾਸ ਅ ਵੈਰੀ ਇੰਪੋਰਟੈਂਟ ਸੈਸ਼ਨ ਠੀਕ ਹੈ ਐਂਡ ਮੈਨੂੰ ਅੱਛਾ ਇੱਕ ਹੋਰ ਚੀਜ਼ ਇਥੋਂ ਯਾਦ ਆਈ ਜਿੱਦਾਂ ਸ਼ਾਲੀਮਾਰ ਗਾਰਡਨ ਲਿਖਿਆ ਹੋਇਆ ਸੀਗਾ ਤੋਂ ਸ਼ਾਲੀਮਾਰ ਗਾਰਡਨ ਦਾ ਜਿਹੜਾ ਡਿਜ਼ਾਈਨ ਹੈ ਨਾ ਉਹ ਐਡਵਰਟ ਲਿਊਟਿਨ ਇਹਦਾ ਡਿਜ਼ਾਈਨ ਹੈ ਜਿਹੜਾ ਐਡਵਰਟ ਲਿਊਟਿਨ ਦੇ ਦੁਆਰਾ ਤਿਆਰ ਕੀਤਾ ਗਿਆ ਸੀ ਇਹਨੇ ਆਪਾਂ ਇਹਨੂੰ ਇਹ ਕਹਿ ਸਕਦੇ ਹਾਂ ਸਰ ਐਡਵਰਟ ਲਿਊਟਿਨ ਦੇ ਦੁਆਰਾ ਸ਼ਾਲੀਮਾਰ ਗਾਰਡਨ ਜਿਹੜਾ ਕੰਸਟਰਕਟ ਕੀਤਾ ਗਿਆ ਸੀਗਾ ਡਿਜ਼ਾਈਨ ਕੀਤਾ ਗਿਆ ਸੀਗਾ ਠੀਕ ਹੈ डिज़ाइन किया गया ये द्वारा डिजाइन किडविड ल्यूटीन बहुत पेपर क्वेश्चन आ सद ठीक है मैं साफ साफ करके लिख दिना तो कि तो कन्फ्यूजन ना हो जाए कोई अच्छा मटाया क्यों नहीं जा रहा इतों की ठीक है चलो इत दिना मैं एडवर्ड ल्यूटिन सर एडवर्ड ल्यूटिन द्वारा ही वाज द ही वॉज द डिजाइनर ऑफ द कपूरथला सॉरी शालीमार गार्डन ठीक है ही वाज द डि डिजाइनर ऑफ द शालीमार गार्डन जिन्होंने न्यू दिल्ली भी डिजाइन किया हाँ जी एनीथिंग एल्स ਐਨੀਥਿੰਗ ਐਲਸ ਅੱਛਾ ਅਪੋਜੀ ਨੇ ਫਗ ਫਗਵਾੜਾ ਵੀ ਫਗਵਾੜਾ ਐਸਆਈ ਐਸਆਈ ਦਾ ਪੇਪਰ ਹੈ ਜਿਹੜਾ ਫਗਵਾੜਾ ਜਿਹੜਾ ਸ਼ਾਹਜਹਾਨ ਨੇ ਫਗਵਾੜਾ ਜਿਹੜਾ ਸ਼ਾਹਜਹਾਨ ਨੇ ਬਣਾਇਆ ਸੀਗਾ ਫਗਵਾੜਾ ਵਾਸ ਕੰਸਟਰਕਟਡ ਬਾਈ ਸ਼ਾਹਜਹਾਨ ਠੀਕ ਹੈ ਇਹਨੂੰ ਮੈਂ ਪਿੱਛੇ ਲਿਖ ਦਿੰਦਾ ਇੱਥੇ ਫਗਵਾੜਾ ਤੋਂ ਫਗਵਾੜਾ ਵਾਸ ਫਾਊਂਡੇਡ ਲਿਖ ਦਿੰਨੇ ਆ शाहजहान द्वारा फगवाड़ा जब बसाया गया फगवाड़ा वाज फाउंडेड बाय शाहजहान हाँ जी हो कुछ पूछना होल्तानपुर लोधी का तो तुम सुल्तानपुर लोधी का नाम ही सुलतान खान लोधी तो पियातानपुर लोधी का नाम ही सुल्तान खान लोधी सुलतान खान लोधी सुल्तानपुर का नाम ही सुल्तान खान लोधी तो पिया ਔਰ ਇਹ ਜਿਹੜਾ ਸੁਲਤਾਨ ਖਾਨ ਲੋਧੀ ਸੀਗਾ ਇਹ ਮੁਹੰਮਦ ਗਜਨੀ ਦਾ ਜਨਰਲ ਸੀਗਾ ਮੁਹੰਮਦ ਗਜਨੀ ਦਾ ਜਨਰਲ ਸੀਗਾ ਦੈਟਸ ਇਟ ਕਾਫੀ ਟਾਈਮ ਹੋ ਗਿਆ ਯਾਰ ਨੋਟੀਫਿਕੇਸ਼ਨ ਮੈਨੂੰ ਲੱਗਦਾ ਅੱਜ ਰਾਤੀ ਆ ਜਾਣਾ ਪਤਾ ਨਹੀਂ ਕਿਉਂ ਦਿਲ ਦੇ ਅੰਦਰੋਂ ਆਵਾਜ਼ ਆ ਰਹੀ ਹੈ ਕਿ ਅੱਜ ਰਾਤੀ ਪੀ ਟ੍ਰਿਪਲ ਪਲੱਸ ਵੀ ਦਾ ਨੋਟੀਫਿਕੇਸ਼ਨ ਆ ਜਾਣਾ ਹੈ ਸਰ ਵੈਟਲੈਂਡ ਕੀ ਹੁੰਦਾ ਵੈਟਲੈਂਡ ਕੀ ਹੁੰਦਾ ਕਿ ਦੇਖੋ ਇੱਕ ஏਰੀਆ ਇਹੋ ਜਿਹਾ ਕਿ ਆ ਜਿੱਥੇ ਅ ਜਦੋਂ ਪਾਣੀ ਰੋਕਿਆ ਜਾਂਦਾ ਹੈਡ ਵਰਕ ਕੋਈ ਵੀ ਤਿਆਰ ਕੀਤਾ ਜਾਂਦਾ ਠੀਕ ਹੈ ਉਹ ਜਗ੍ਹਾ ਤੇ ਜਿਹੜਾ ਪਾਣੀ ਸਟੋਰ ਹੋ ਗਿਆ ਹੁਣ ਪਾਣੀ ਸਟੋਰ ਹੋ ਗਿਆ ਤੇ ਉੱਥੇ ਜਿਹੜੀ ਵਨਸਪਤੀ ਆ ਉਹ ਵੀ ਜਿਹੜੀ ਆ ਵਨਸਪਤੀ ਵੀ ਦੇਖਣ ਨੂੰ ਮਿਲੇਗੀ ਜੀਵ ਜੰਤੂ ਜਿਹੜੇ ਉੱਥੇ ਆਣ ਆਣੇ ਸ਼ੁਰੂ ਹੋਗੇ ਬਰਡਸ ਆ ਜਿਹੜੇ ਆਣੇ ਸ਼ੁਰੂ ਹੋਗੇ ਪਾਣੀ ਜਿੱਥੇ ਸਟੋਰ ਹੈ ਉਹਦੇ ਵਿੱਚ ਮੱਛੀਆਂ ਜਿਹੜੀਆਂ ਆਣੀਆਂ ਸ਼ੁਰੂ ਹੋ ਗਈਆਂ ਵਾਈਲਡ ਲਾਈਫ ਵਾਈਲਡ ਲਾਈਫ ਨਹੀਂ ਮਤਲਬ ਆਹਾਂ ਕਿ ਜਾਂ ਇਕੁਆਟਿਕ ਜਿਹੜੇ ਐਨੀਮਲਸ ਆ ਉਹ ਦੇਖਣੇ ਸ਼ੁਰੂ ਹੋਗੇ ਠੀਕ ਹੈ ਐਕੁਆਟਿਕ ਜਿਹੜੇ ਸਪੀਸੀਸ ਆ ਉਹ ਦਿਖਣੇ ਸ਼ੁਰੂ ਹੋ ਗਏ ਉਹਨਾਂ ਨੂੰ ਆਪਾਂ ਵੈਟਲੈਂਡ ਕਹਿ ਦਿੰਨੇ ਆ ਕਲੀਅਰ ਵੈਟਲੈਂਡ ਉਦੋਂ ਹੀ ਡਵੈਲਪ ਕੀਤਾ ਜਾਂਦਾ ਜਦੋਂ ਜਿਹੜਾ ਜਗ੍ਹਾ ਜਿਹੜੀ ਜਿਸ ਜਗ੍ਹਾ ਤੇ ਪਾਣੀ ਜਿਹੜਾ ਹੋਵੇ ਕਲੀਅਰ ਸੋ ਥਿਸ ਵਾਸ ਦਾ ਸੈਸ਼ਨ ਫॉर ਟੂਡੇ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਸਸਰੀਕਾਲ ਨਮਸਕਾਰ ਬਾਏ ਬਾਏ ਟੂ ਆਲ ਤੋ ਫੇਰ ਮਿਲਾਂਗੇ ਕੱਲ ਔਰ ਕੱਲ ਫੇਰ ਜਿਹੜਾ ਆਪਾਂ ਡਿਸਟ੍ਰਿਕਟ ਕੱਲ ਤੇ ਛੁੱਟੀ ਹੈ ਯਾਰ ਚੇਤਾ ਭੁੱਲ ਗਿਆ ਸੀ ਠੀਕ ਹੈ ਕੱਲ ਛੁੱਟੀ ਹੈ ਕੱਲ ਕੋਈ ਕਲਾਸ ਨਹੀਂ ਹੈਗੀ ਮੇਰੀ ਕੱਲ ਦੁਸ਼ਹਿਰਾ ਆਪਾਂ ਜਿਹੜਾ ਉਹ ਮਨਾਵਾਂਗੇ ਤੇ ਕੱਲ ਜਿਹੜੀ ਆਪਾਂ ਫੁੱਲ ਰੈਸਟ ਤੇ ਕੱਲ ਜਿਹੜੀ ਆਪਾਂ ਰੈਸਟ ਕਰਾਂਗੇ ਤੇ ਪਰਸੋ ਫੇਰ ਮਿਲਾਂਗੇ ਤੋ ਪਰਸੋ ਦੀ ਕਲਾਸ ਦੇ ਵਿੱਚ ਆਪਾਂ ਫੇਰ ਨਵੀਂ ਡਿਸਟ੍ਰਿਕਟ ਤੇ ਨਵਾਂ ਜਿਹੜਾ ਹਸਾਬ ਕਿਤਾਬ ਆ ਤਾਮ-ਝਾਮ ਸਾਰਾ ਔਰ ਨਵਾਂ ਹਸਾਬ ਤਾਂ ਫੇਰ ਤੁਹਾਡੇ ਨਾਲ ਡਿਸਕਸ ਕਰਾਂਗੇ ਔਰ ਮੈਨੂੰ ਉਮੀਦ ਹੈ ਪਰਸੋਂ ਤੱਕ ਜਿਹੜੀ PTP SB ਦੀ ਵੈਕੰਸੀ ਦੇ ਨਾਲ ਹੀ ਮਿਲਾਂਗੇ PTP SB ਦੀ ਵੈਕੰਸੀ ਲਈ ਤੁਹਾਨੂੰ ਗਾਈਡ ਕਰਾਂਗੇ ਕਲਰਕਲੀ ਔਰ ਨੌਕਰੀ ਇਸ ਸਾਲ ਤਾਂ ਤੁਹਾਨੂੰ ਦੁਆ ਕੇ ਰਵਾਂਗੇ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਨਮਸਕਾਰ ਬਾਏ ਬਾਏ ਟੂ ਆਲ ਤੋਂ ਫੇਰ ਮਿਲਦੇ ਹਾਂ ਕੱਲ ਨਹੀਂ ਪਰਸੋਂ ਤੋਂ ਪਰਸੋਂ ਮਿਲਦੇ ਹਾਂ ਜੀ ਬਾਏ ਬਾਏ